Bismillah ar-Rahman ar-Rahim. Assalamu alaikum. Kay2 Television aur Kay2 Television di ek aur Dedhee janab banda phagwadiyan. Tusan pichle haftiyan Dedhee yakeenan dekhi usi usan pata usi ki asi banda phagwadiyan vich baithe de haan. Banda phagwadiyan de bare vich dusriyan gallan mein shuru vich tusan nal kar chudiyan te sada bohi pyara te khoobsurat gran ji mera apna gran aur meri sari pravali mere pra sare ithe baithe de ajj di Dedhee vich asi maujood haan aur jinan di Dedhee vich asi maujood haan Malik Mohabbat Awan saab oh sade kol baithe de unhan di ek wari phir meharbani ki unhan Kay2 Television apne ithe ਡੀ ਵੀ ਬੁਲਾਇਆ ਸਵਾਤੀ ਮਾਮਾ ਔਰ ਪੋਲਾ ਬਿਲਕੁਲ ਮੇਰੇ ਨਾਲ ਸਜੇ ਪਾਸੇ ਬੈਠੇ ਦਿਨ ਤੇ ਡੇਡੀ ਦੀ ਦੋਏ ਜਾਨ ਹਨ ਡੇਡੀ ਦੀ ਆਪਣੀ ਆਪਣੀ ਜਾਈ ਤੇ ਦੋਏ ਡੇਡੀ ਦੇ ਥੰਮ ਹਨ ਜਨਾਬ ਪਿਛਲੀ ਡੇਡੀ ਵਿੱਚ ਵੀ ਮੁਨੀਰ ਆਵਾਨ ਤੋਂ ਸਾਸਤੇ ਗੀਤ ਪਾਈਏ ਗਾਏ ਤੇ ਅੱਜ ਵੀ ਮੁਨੀਰ ਆਵਾਨ ਸਾਡੇ ਨਾਲ ਮੌਜੂਦ ਹਨ ਉਹਨਾਂ ਕੋਲ ਕੁਝ ਅੱਛੇ ਗੀਤ ਪਾਈਏ ਸੁਣ ਸਾਂ ਅਸਾਂ ਨਾਲ ਅੱਜ ਦੀ ਡੇਡੀ ਆ ਜਿਹੜਾ ਖਾਸ ਤਾਵਨ ਹੈ ਜੀ ਤਾਮੀਰ ਏ ਵਤਨ ਪਬਲਿਕ ਸਕੂਲ ਐਂਡ ਕਾਲਜ ਐਬਟਾਬਾਦ ਹੈ ਤੇ ਉਹਨਾਂ ਦੀ ਵੀ ਮਿਹਰਬਾਨੀ ਉਹਨਾਂ ਦਾ ਵੀ ਸ਼ੁਕਰੀਆ ਬਾਕੀ ਜਿਨ੍ਹਾਂ ਤਾਵਨ ਸਾਡੇ ਨਾਲ ਕੀਤਾ ਔਰ ਖਾਸ ਤੌਰ 'ਤੇ ਇਸ ਡੇਡੀ ਵਿੱਚ ਸਾਡੇ ਜਨਾਬ ਮਲਿਕ ਅਲੀ ਆਵਾਨ ਔਰ ਨਾਲ ਮਲਿਕ ਹਸਨ ਮੁਹੱਬਤ ਆਵਾਨ ਉਹਨਾਂ ਦੀ ਵੀ ਮਿਹਰਬਾਨੀ ਗੱਲ ਕਰਸਾਂ ਜੀ ਸਾਰਿਆਂ ਕੋਲੋਂ ਪਹਿਲੇ ਮਲਿਕ ਸਾਹਿਬ ਨਾਲ ਜੀ ਹਾਜੀ ਸਾਹਿਬ ਕੀ ਹਾਲ ਹੈ ਤੁਹਾਡਾ ਅੱਲਾਹ ਦਾ ਕਰਮ ਸ਼ੁਕਰ ਪਹਿਲੀ ਡੇਡੀ ਵਿੱਚ ਜਨਾਬ ਗੱਪ ਸ਼ੱਪ ਹੋਈ ਬਣ ਫਗਵਾੜੀਆਂ ਦੇ ਲੋਕਾਂ ਦੀ ਪ੍ਰਵਲੀਆਂ ਦੀਆਂ ਗੱਲਾਂ ਹੋਈਆਂ ਬਾਕੀ ਗੱਲਾਂ ਹੋਈਆਂ ਅਤੇ ਜ਼ਾਹਿਰ ਤੁਸੀਂ ਸਮਾਜੀ ਨਾਲ ਇੱਕ ਸਿਆਸੀ ਸ਼ਖਸੀਅਤ ਵੀ ਆਓ ਅਤੇ ਤੁਸਾਂ ਸਾਰੀ ਦੁਨੀਆ ਵੀ ਦੇਖਤੀ ਔਰ ਖਾਸ ਤੌਰ 'ਤੇ ਤੁਹਾਡਾ ਹਲਕਾ ਜਿੱਥੋਂ ਤੁਸਾਂ ਮਤਲਬ ਲੋਕਾਂ ਇੱਜ਼ਤ ਦਿੱਤੀ ਲੋਕਾਂ ਤੁਸਾਂ ਵੋਟ ਦਿੱਤੇ ਔਰ ਬਕੌਲ ਤੁਸਾਂ ਦੇ ਕਿ ਇਲੈਕਸ਼ਨ ਤੁਸੀਂ ਜਿੱਤੇ ਦੇ ਹੋ ਲੇਕਿਨ ਕੁਝ ਬਾਤ ਹੋ ਗਿਆ ਕਿਸੇ ਜਾਈ 'ਤੇ ਕੀ ਆਖਸੋ ਸਾਰਿਆਂ ਲੋਕਾਂ ਵਾਸਤੇ ਯਾਰਾ ਜੀ ਮੈਂ ਪਹਿਲੇ ਵੀ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ ਕਿ ਮੇਰੇ ਗ੍ਰਾਂ ਦੇ ਲੋਕਾਂ ਨੇ ਬੜ ਚੜ੍ਹ ਕੇ ਇਲੈਕਸ਼ਨ ਲੜਿਆ ਜਿਸ ਵੇਲੇ ਮੈਂ ਟਿਕਟ ਮਿਲਿਆ ਤਾਂ ਉਸ ਵੇਲੇ ਮੇਰੇ ਕੋਲ ਬਿਲਕੁਲ 19 ਦਿਨ ਨੇ ਮੇਰੇ ਕੋਲ ਜੀ ਜੀ ਆਖਰ ਲਾਸਟ ਦਿਹਾੜੀ ਮੈਂ ਉਹਨਾਂ ਟਿਕਟ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਐਬਟਾਬਾਦ ਦੇ ਲੋਕਾਂ ਨੇ ਮੇਰੀ ਪਾਰਟੀ ਦੇ ਲੋਕਾਂ ਨੇ ਜਿਤਨੇ ਵੀ ਮਤਲਬ ਹੈ ਮੇਰੇ ਸੰਗੀ ਯਾਰ ਦੋਸਤ ਜਾਂ ਜਿਨ੍ਹਾਂ ਮੈਂ ਦੇਖੇ ਦਿਆ ਨਹੀਂ ਦੇਖੇ ਦਿਆ ਸੁਣੀ ਸੁਣਾਈ ਬਸ ਖਬਰ ਫੈਲਦੀ ਰਹੀ ਹੈ ਔਰ ਮੈਂ ਤੋ ਆਖਸਾ ਉਹੀ ਗੱਲ ਫਿਰ ਮੈਂ ਅਕੇਲਾ ਹੀ ਚਲਾ ਥਾ ਜਾਨੇ ਵੀ ਮੰਜ਼ਿਲ ਲੇਕਿਨ ਲੋਕ ਮਿਲਤੇ ਗਏ ਕਾਰਵਾ ਬਣਤਾ ਗਿਆ ਮੈਂ ਆਪਣੇ ਭਰਾਵਾਂ ਦਾ ਜਿਤਨੇ ਵੀ ਮੇਰੇ ਸਪੋਰਟਰ ਹਨ ਦੋਸਤ ਹਨ ਮੇਰੇ ਗ੍ਰਾਂ ਦੇ ਲੋਕ ਖਾਸ ਕਰਕੇ ਜਿੱਥੇ ਵੀ ਜਿਸ ਮੇਰੀ ਸਪੋਰਟ ਕੀਤੀ ਹੈ ਮੈਂ ਐਸਿਆਂ ਲੋਕਾਂ ਦਾ ਪਤਾ ਵੀ ਨਹੀਂ ਜਿਹਨਾਂ ਮੇਰੀ ਬੜ ਚੜ੍ਹ ਕੇ ਸਪੋਰਟ ਕੀਤੀ ਜਾਨੀ ਮਾਲੀ ਮਦਦ ਕੀਤੀ ਹੈ ਉਹਨਾਂ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਨਾ ਔਰ ਮੈਂ ਯਕੀਨ ਰੱਖਣਾ ਕਿ ਜਿਸ ਤਰ੍ਹਾਂ ਉਹਨਾਂ ਮੈਂ ਵੋਟ ਜਿਸ ਮਕਸਦ ਵਾਸਤੇ ਦਿੱਤਾ ਆ ਉਹ ਕਾਮਯਾਬ ਕਰਾਉਣੇ ਵਾਸਤੇ ਇਨਸ਼ਾਅੱਲਾ ਉਹ ਵਕਤ ਦੂਰ ਨਹੀਂ ਇਨਸ਼ਾਅੱਲਾ ਹਿੰਮਤ ਨਾ ਹਾਰੋ ਇਨਸ਼ਾਅੱਲਾ ਨੈਕਸਟ ਟਾਈਮ ਅਸੀਂ ਇਨਸ਼ਾਅੱਲਾ ਇਹ ਬਾਜ਼ੀ ਜ਼ਰੂਰ ਮਾਰਸਾਂ ਇਨਸ਼ਾਅੱਲਾ ਔਰ ਇਨਸ਼ਾਅੱਲਾ ਉਹਨਾਂ ਦੇ ਜਿਤਨੇ ਵੀ ਕੰਮ ਖਾਜ ਜਿਤਨੇ ਵੀ ਉਹਨਾਂ ਦੇ ਮੇਰੇ ਤੇ ਤਵਕਾਤ ਹਨ ਜੋ ਰਹਿ ਗਈਆਂ ਇਨਸ਼ਾਅੱਲਾ ਉਹ ਜ਼ਰੂਰ ਪੂਰੀਆਂ ਕਰਨ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਸਰਦਾਰ ਆਜੀ ਸਰਦਾਰ ਰਫੀਕ ਸਾਹਿਬ ਬੈਠੇ ਦਿਨ ਅਤੇ ਇਹਨਾਂ ਨਾਲ ਗੱਲ ਕਰਸਾਂ ਗੱਲ ਕਰਨ ਤੋਂ ਪਹਿਲੇ ਤੁਸਾਂ ਦੱਸਾਂ ਜੀ ਭੋਲੇ ਵੀ ਇਹ ਗੱਲ ਕੀਤੀ ਔਰ ਬਾਕੀ ਵੀ ਮਤਲਬ ਇੱਕ ਗੱਲਾਂ ਹੋਈਆਂ ਫੁੱਟਬਾਲ ਦੇ ਹਵਾਲੇ ਨਾਲ ਗੱਲਾਂ ਹੋਈਆਂ ਮੈਂ ਵੀ ਫੁੱਟਬਾਲ ਖੇਡਦਾ ਹਾਂ ਅਤੇ ਆਜੀ ਸਾਹਿਬ ਵੀ ਫੁੱਟਬਾਲ ਖੇਡਦੇ ਔਰ ਮੈਂ ਚੂੰਕਿ ਗੋਲਕੀਪਰ ਖੇਡਦਾ ਹਾਂ ਅਤੇ ਇਹ ਫਾਰਵਰਡ ਲਾਈਨ 'ਤੇ ਖੇਡਦੇ ਹਜ਼ਾਰਾ ਜ਼ਿਮੀਦਾਰ ਦੇ ਮੈਂ ਗੋਲ ਯਾਦ ਆ ਗਿਆ ਵਾਂ ਹਜ਼ਾਰਾ ਜ਼ਿਮੀਦਾਰ ਦੇ ਕਪਤਾਨ ਹੁੰਦੇ ਅਤੇ ਮੈਂ ਯੂਥ ਲੀਗ ਵਿੱਚ ਖੇਡਣਾ ਹੁੰਦਾ ਹਾਂ ਅਸੀਂ ਇੱਕ ਮੈਚ ਆ ਇੱਕ ਮੈਚ ਵਿੱਚ ਇਹ ਸੈਂਟਰ ਲਾਈਨ 'ਤੇ ਇਹਨਾਂ ਕੋਲ ਬਾਲ ਆਇਆ ਅਤੇ ਮੈਂ ਚੂੰਕਿ ਗੋਲ ਵਿੱਚ ਸੈਂਟਰ ਲਾਈਨ ਤੋਂ ਥੋੜ੍ਹਾ ਜਾ ਕੇ ਅਤੇ ਇਹਨਾਂ ਮੈਂ ਆਖਿਆ ਗੋਲ ਲਈ ਅਤੇ ਮੈਂ ਅੱਗੋਂ ਬੋਲਿਆ ਤਾਂ ਨਾ ਵੱਡੇ ਮੇਰੇ ਕੋਲ ਖਾਸੇ ਅਤੇ ਬਜ਼ੁਰਗ ਹੈ ਮੈਂ ਕੋਈ ਗੱਲ ਨਹੀਂ ਕੀਤੀ ਲੇਕਿਨ ਮੈਂ ਆਖਿਆ ਗੋਲ ਲਈ ਇਤਨੇ ਦੂਰੋਂ ਗੋਲ ਯਾਰਾ ਕੋ ਮਤਲਬ ਮੈਂ ਅੱਗੇ ਅੰਨਾ ਖਲਦੇ ਤਾਂ ਤੁਸੀਂ ਯਕੀਨ ਕਰੋ ਕਿ ਬਾਲ ਜਿਸਲੇ ਆਇਆ ਔਰ ਮੇਰੇ ਕੋਲ 6 ਫੁੱਟ ਦੇ ਫਾਸਲੇ 'ਤੇ ਬਾਲ ਆਇਆ ਔਰ ਮੈਂ ਖਲਤੇ ਦਾ ਬਾਲ ਪਿਆ ਆਉਂਦਾ ਮੇਰੇ ਦਾ ਬਾਲ ਉੱਥੋਂ ਮੂਵ ਕੀਤਾ ਮੂਵ ਕਰਕੇ ਨੈੱਟ 'ਤੇ ਗਿਆ ਜਿਸ ਤਰ੍ਹਾਂ ਕੋਈ ਪਕੜ ਕੇ ਨਹੀਂ ਨੈੱਟ 'ਤੇ ਸੱਟ ਛੁੱਟਦਾ ਇਹਨਾਂ ਦੇ ਪੈਰ ਵਿੱਚ ਕਮਾਲ ਹੀ ਇਹਨਾਂ ਦੇ ਪੈਰ ਵਿੱਚ ਕਮਾਲ ਹੀ ਕਿ ਇਹਨਾਂ ਦਾ ਪੈਰ ਦਾ ਇਹਨਾਂ ਦੀ ਲਾਈ ਦੀ ਜਿਹੜੀ ਕਿੱਕ ਹੁੰਦੀ ਹੈ ਉਹ ਖਾਸੇ ਟਾਈਮ ਬਾਅਦ ਜੁਲ ਕੇ ਮੂਵ ਕਰਦੀ ਹੈ ਔਰ ਸਾਡੇ ਹਜ਼ਾਰਾ ਡਿਵੀਜ਼ਨ ਵਿੱਚ ਜਿਤਨੇ ਗੋਲ ਇਹਨਾਂ ਕੀਤੇ ਹਨ ਮੁਖਤਲਿਫ ਟੀਮਾਂ ਉੱਤੇ ਉਤਨੇ ਗੋਲ ਕਿਸੇ ਹੋਰ ਦੇ ਆਜ਼ਾਦ ਵੀ ਨਹੀਂ ਆਏ ਜਦ ਤੱਕ ਖੇਡਦੇ ਰਹਿਣ ਕਪਤਾਨੀ ਕਰਦੇ ਰਹਿਣ ਸਾਡਾ ਫਖਰ ਰਹਿਣ ਸਾਡੇ ਬਣ ਫਗਵਾੜੀਆਂ ਦਾ ਔਰ ਤੁਸਾਂ ਅਜੇ ਦੀ ਮੁਬਾਰਕ ਹੋਵੇ ਬਿਸਮਿਲ੍ਲਾ ਰਹਿਮਾਨ ਰਹੀਮ ਪਹਿਲੇ ਤਾਂ ਮੈਂ ਤੁਸਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਜੀ ਇਹ ਪ੍ਰੋਗਰਾਮ ਤੁਸਾਂ ਇੱਥੇ ਮੁਨਾਕਦ ਕੀਤਾ ਔਰ ਰਾਜੀ ਸਾਹਿਬ ਦਾ ਵੀ ਸ਼ੁਕਰੀਆ ਕਰਨਾ ਉਹਨਾਂ ਤੁਸਾਂ ਇਹ ਸਹੂਲਤ ਮੁਹੱਈਆ ਕੀਤੀ ਹੈ ਜੀ ਜੀ ਫੁੱਟਬਾਲ ਦੇ ਹਵਾਲੇ ਨਾਲ ਤਾਂ ਤੁਦ ਮੇਰੀ ਗੱਲਬਾਤ ਜਿਹੜੀ ਕਰਨੀ ਉਹ ਸਾਰੀ ਕਰ ਹੀ ਛੋੜੀ ਹੈ ਮੈਂ ਇੱਕ ਆਪਣਾ ਵਾਕਿਆ ਯਾਦ ਆਉਂਦਾ ਜੇ ਇੱਕ ਛੋਟਾ ਜਿਹਾ ਬਰਖੁਰਦਾਰ ਹੈ ਮੇਰਾ ਉਹ ਬਾਜ਼ਾਰੇ ਵਿੱਚ ਸੁਜ਼ੂਕੀ ਚਲਾਉਂਦਾ ਅੱਜ ਕੱਲ੍ਹ ਉਹ ਮੈਂ ਮਿਲਦਾ ਰਹਿੰਦਾ ਉਹ ਮੈਂ ਇਹ ਗੱਲ ਆਖਦਾ ਹੁੰਦਾ ਯਾਰਾ ਭਾਅ ਜੀ ਤੁਸੀਂ ਹਾਲੇ ਤੱਕ ਵੀ ਸਿਹਤਮੰਦ ਹੋ ਠੀਕ ਠਾਕ ਹੋ
ਤੇ ਮਾਂ ਤੁਸਾਂ ਦੀ ਉਹ ਸ਼ਾਰਟ ਨਹੀਂ ਭੁੱਲਦੀ ਜਿਹੜੀ ਮੇਰੇ ਢੱਡੇ ਵਿੱਚ ਆ ਕੇ ਲੱਗੀ, ਮੈਂ ਦੀਵਾਰਾਂ ਤੋਂ ਤਲੇ ਜੋ ਲੱਗਿਆ ਤੇ ਮੈਂ ਉਸ ਆਖਿਆ ਯਾਰ ਬਸ ਵਕਤ ਵਕਤ ਹੀ ਗੱਲ ਹੈ, ਸ਼ਾਰਟਾਂ ਵੀ ਜਾਨ ਮਾਰ ਗਈਆਂ, ਗੋਲ ਵੀ ਜਾਨ ਕੀਤੇ, ਧਾਵਨ ਵੀ ਸਾਰਿਆਂ ਨਾਲ ਜਾਨ ਕੀਤਾ, ਡਿਸਟ੍ਰਿਕਟ ਦੀ ਨੁਮਾਇੰਦਗੀ ਵੀ ਕੀਤੀ ਹੈ। ਲੇਕਿਨ ਹੁਣ ਦਾ ਜਿਹੜਾ ਦੌਰ ਹੈ ਇਸ ਵੇਲੇ ਮਾਂ ਜਿਹੜੇ ਬੱਚੇ ਅੱਜ ਕੱਲ੍ਹ ਇੰਤਜ਼ਾਮੀਆਂ ਵਿੱਚ ਹਨ, ਯੂਨੀਅਨ ਵਿੱਚ ਹਨ, ਉਹ ਸਾਰੇ ਮੇਰੇ ਕੋਲੋਂ ਬੂਹ ਛੋਟੇ ਨੇ ਜੀ। ਉਹ ਮੈਂ ਆਖਦੇ ਰਹਿੰਦੇ ਤੁਸੀਂ ਮੈਚ ਦੇਖਣੇ ਆ, ਨਹੀਂ ਆਉਂਦੇ ਹੋ। ਮੈਂ ਕਿਹਾ ਮੈਂ ਤੁਸਾਂ ਦੇ ਤਸਵੀਰ ਕਰਾਉਣੇ ਆਵਾਂ ਉੱਥੇ, ਤੁਸੀਂ ਕਰਦੇ ਹੋ ਲੜਾਈ, ਲੜਾਈ ਨਾਲ ਫੁੱਟਬਾਲ 'ਤੇ ਨਹੀਂ ਆਉਂਦਾ। 67 ਵਿੱਚ ਜਿਸਦੇ ਮੈਂ 12ਵੀਂ ਪੜ੍ਹਨਾ ਆ, ਉਸ ਵੇਲੇ ਮੈਂ ਸ਼ੁਰੂ ਕੀਤਾ ਕਾਲਜ ਦੌਰ ਵਿੱਚ ਜੀ ਜੀ। ਅਸਾਂ ਦੀ ਹਜ਼ਾਰਾਂ ਜ਼ਿਮੀਂਦਾਰ ਉਸ ਵੇਲੇ ਸਾਡੇ ਵਡੇਰੇ ਭਰਾ ਬਜ਼ੁਰਗ ਸਾਰੇ ਸ਼ੁਕਲ ਬਾਂਡੀ ਨਵਾਂ ਸ਼ਹਿਰ ਬਾੜਾ ਪਵਾੜੀਆਂ, ਫੌਜੀ ਵੀ ਸਾਡੇ ਵਿੱਚ, ਜ਼ਾਕੀ ਭਾਲਾ ਹੋਣੀ ਹੈ, ਯਕੂਬਾ ਭਾਲਾ ਆ ਉੱਥੇ ਅਸਾਂ ਦੇ, ਇਸ ਸਰਦਾਰ ਅਲੀ ਅਫਸਰ ਸਾਹਿਬ, ਇਹ ਵੀ ਉਸ ਵੇਲੇ ਫੌਜ 'ਤੇ ਖੇਡਦੇ ਹੁੰਦੇ। ਇਹ ਸਾਰੇ ਲੋਕ ਇਹਨਾਂ ਦੇਖਦੇ ਕਿ ਅਸੀਂ, ਮੈਂ ਆਪਣਾ ਮਾਮਾ ਮੀਰ ਅਫਜ਼ਲ ਸਾਹਿਬ ਫੋਤ ਹੋ ਗਏ ਵਿਚਾਰੇ, ਉਹਨਾਂ ਦੇ ਬੂਟ ਚਾਹ ਕੇ ਮੈਂ ਗਰਾਉਂਡਾਂ ਜੁਲਣਾ ਹੁੰਦਾ ਹੈ। ਬਹੁਤ ਸ਼ੁਕਰੀਆ ਸਵਾਦੀ ਮਾਮਾ ਜੀ, ਗੱਲ ਸੁਣ ਮਾਸ਼ਾਅੱਲਾ, ਮਤਲਬ ਹੈ ਮੁਹੰਮਦ ਖਾਨ ਲਾਲੇ ਸੁਣ, ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਇਹਨਾਂ ਦੀ ਡੇਢੀ ਦੇ ਦਰਵਾਜ਼ਾ ਖੁੱਲ੍ਹਣ ਦਾ ਇੱਕ ਨੁਕਸਾਨ ਹੋ ਗਿਆ ਨਾ ਮੁੱਝ ਬੜਾ, ਇਹ ਕੁੱਤੀ ਆਈ ਹੈ ਚਾਰ ਕੁਲਾਂਗੀ ਪੁੱਤੀ ਵੀ ਚਾਹ ਕੇ ਖੜ ਕੇ, ਹੁਣ ਦੇਖੋ ਡੇਢੀ ਦਾ ਦਰਵਾਜ਼ਾ ਹਰ ਵੇਲੇ ਵੀ ਤਾਂ ਨਹੀਂ ਖੋਲ੍ਹ। ਕੁੱਤੀ ਆਈ ਉਸ ਆਪਣਾ ਬਾਂਗੀ ਚਾਹ ਖੜੇ, ਬਾਂਗੀ ਕੁਲਾਂਗੀ ਚਾਰ, ਤੂੰ ਤੇ ਨਹੀਂ ਛਪਾਏ ਕਰੇ, ਨਹੀਂ ਨਹੀਂ ਛਪਾਏ, ਮੈਂ ਨਾ ਕਾਇਆ ਇਹ ਮਾਂ ਆਖਦਾ ਹੈ ਬੂ ਸੋਹਣੇ ਉੱਥੇ, ਮੈਂ ਯਕੀਨ ਕਰੋ ਇਸ ਮਾਂ ਆਖਿਆ ਬੂ ਸੋਹਣੇ, ਮੈਂ ਨਜ਼ਰ ਨਾ ਲਾਈ ਨੇ। ਅੱਛਾ ਕੁੱਤੀ ਚਾਹ ਖੜੇ, ਹਾਂ ਨਾ ਕੁੱਤੀ ਚਾਹ ਖੜੇ, ਕੁੱਤੀ ਨਹੀਂ ਚਾਹੇ, ਕੁੱਤੀ ਕਰੇ ਚੋਰਾਂ ਨਾਲ ਮਿਲੀ ਦੀ ਨਾ ਹੋਵੇ, ਨਾ ਕੁੱਤੀ ਕਰੇ ਚੋਰਾਂ ਨਾਲ ਨਾ ਮਿਲੀ। ਬਸ ਇਹ ਜੁਲਣਾ ਚੈੱਕ ਕਰੋ ਸੀ ਜੀ ਸਵਾਦੀ ਮਾਮਾ। ਜਨਾਬ ਅਲੀ ਪ੍ਰੋਗਰਾਮ ਬਣਾਇਆ ਜਾ ਕੋਈ ਪੜ੍ਹੀ ਲਿਖੀ ਫੈਮਿਲੀ ਹੈ, ਸਾਰੇ ਸ਼ਾਇਰ ਤੇ ਸ਼ਾਇਰਾ ਬੜੇ ਜਰਾਸੀਮ ਨੇ, ਸ਼ਾਇਰੀ ਦੇ ਕਿਹੜੇ ਲਖਨਊ ਦਾ ਆਇਆ ਤੇ ਪਿੱਛੇ ਆਬਾਦ ਹੋ ਜਾਣ। ਉਹ ਹਰ 6 ਮਹੀਨਿਆਂ ਸਾਲ ਆਪਣਾ ਕੋਈ ਫੰਕਸ਼ਨ ਮਨਾਉਂਦੇ ਨੇ, ਕੋਈ ਬਰਥਡੇ ਕਿਸੇ ਦੀ ਸਲਗਿਰਾ ਜਾਂ ਕੋਈ ਕਿਸੇ ਦਾ ਵਿਆਹ ਸ਼ਾਦੀ ਤੋਂ ਨਾਲ ਮੁਸ਼ਾਇਰਾ ਕਰਦੇ। ਉਹ ਸਾਰਿਆਂ ਪਤਾ ਇਹਨਾਂ ਵਿੱਚ ਕਿਹੜਾ ਅੱਛੀ ਸ਼ਾਇਰ ਹੈ, ਕਿਹੜਾ ਅੱਛਾ ਸ਼ਾਇਰ ਹੈ। ਉਹ ਜੋ ਕਰਦੋ ਜਨਾਬ ਉਹਨਾਂ ਦਾ ਖਾਨਦਾਨੀ ਮੁਸ਼ਾਇਰਾ ਲੱਗਦਾ ਅਤੇ ਉੱਥੇ ਉਹ ਨੰਬਰ ਆ ਗਿਆ ਜਨਾਬ ਮੇਰੀ ਚੰਪਾ ਗਲੀ ਦਾ, ਚੰਪਾ ਗਲੀ। ਹਾਂ, ਸਾਰੀ ਫੈਮਿਲੀ ਮਾਮੇ ਚਾਚੇ ਦਸ ਪੋਤਰੇ ਮਲੇਰ ਫੇਰ ਕੁੜੀਆਂ ਜਦੋਂ ਬੈਠੇ ਨੇ ਉਸਦੇ ਘਰੇ ਅਲੱਗ ਬੈਠਾ ਹੋਇਆ, ਹੁਣ ਐਵੇਂ ਤਾਂ ਗਿਲੇ ਗੁਜ਼ਾਰੇ ਨਹੀਂ ਕਰ ਰੱਖਦੀ। ਪੜ੍ਹੀ ਲਿਖੀ ਕੁੜੀ ਜੀ ਸਬਰੇ ਸ਼ੁਕਰੇ ਨਾਲ ਟਾਈਮ ਗੁਜ਼ਾਰਦੀ, ਉਸਨੇ ਸ਼ਾਇਰੀ ਵਿੱਚ ਜਨਾਬ ਬੈਲੀ ਆਪਣੇ ਜਣੇ ਦਾ ਜਿਹੜਾ ਅਸ਼ੁਰ ਕੀਤਾ ਉਹ ਤੂੰ ਸਾਡੀ ਸਾਹਮਣੇ ਪੇਸ਼ ਕਰ ਰਿਹਾ। ਇਸ ਨਾਲ ਅਗਰ ਮਿਹਰਬਾਨੀ ਹੈ ਪੜ੍ਹੇ ਲਿਖੇ ਲੋਕੋ, ਸ਼ੇਰ ਅੱਛਾ ਲੱਗਿਆ ਜ਼ਰਾ ਤਾੜੀ ਮਾਰ ਛੋੜੀਓ, ਹਾਂਜੀ ਅੱਛੀ ਸ਼ੇਰ ਅੱਛਾ ਲੱਗੇ ਦਾਤ ਚਾਹ ਦਿਓ, ਮੈਂ ਨਾ ਹੱਸਦਾ ਲਿਖ ਕੇ ਆਪਣੇ ਬਾਅਦ ਚਾਹ ਦਿਓ। ਦਿਲ ਦੇਖ ਮਾਇਆ ਤੂੰ ਦਵੇ ਤੂੰ ਦਵੇ ਤੂੰ ਦਵੇ ਤੂੰ ਦਵੇ ਤੂੰ ਦਵੇ, ਦਿਲ ਦੇਖ ਮਾਇਆ ਤੂੰ ਦਵੇ ਤੂੰ ਦਵੇ, ਐਵੇਂ ਖਾਣੀ ਪਈਆ ਮੈਂ ਹੁੰਦਾ ਵੇ ਹੁੰਦਾ ਵੇ ਹੁੰਦਾ, ਮੈਂ ਜੀਂਦੀ ਜਾਨ ਵੀ ਬਮੋਈਆ ਬਹੁ ਰੋਈਆ ਗਲਤ ਹੋਈਆ, ਦਿਲ ਦੇਖ ਮਾਇਆ ਤੂੰ ਦਵੇ ਤੂੰ ਦਵੇ ਤੂੰ ਦਵੇ, ਦਿਲ ਦੇਖ ਮਾਇਆ ਤੂੰ ਦਵੇ ਤੂੰ ਦਵੇ, ਉਹ ਤੂੰ ਖਾਣੀ ਪਈਆ ਮੈਂ ਹੁੰਦਾ ਵੇ ਹੁੰਦਾ ਵੇ ਹੁੰਦਾ ਵੇ, ਮੈਂ ਜੀਂਦੀ ਜਾਨ ਵੀ ਬਮੋਈਆ ਬਹੁ ਰੋਈਆ ਗਲਤ ਹੋਈਆ, ਦਿਲ ਦੇਖ ਮਾਇਆ ਤੂੰ ਦਵੇ ਤੂੰ ਦਵੇ ਤੂੰ ਦਵੇ, ਮਾਮਾ ਛੱਟਿਓ ਮੈਂ ਲਾਡਾ ਨਾਜ਼ਾਂ ਦੇ ਪੱਲੀ ਵੇ ਪੱਲੀ ਵੇ ਪੱਲੀ ਵੇ ਪੱਲੀ ਵੇ, ਮੈਂ ਲਾਡਾ ਨਾਜ਼ਾਂ ਦੀ ਪੱਲੀ ਵੇ ਪੱਲੀ ਵੇ, ਕਿੱਥੋਂ ਤੇਰੇ ਨਾਲ ਜਿੰਦ ਰਲੀ ਵੇ ਰਲੀ ਵੇ ਰਲੀ ਵੇ, ਸੁੱਖ ਸੁੱਖ ਕੇ ਮੈਂ ਤਿਲਾ ਹੋਈਆਂ ਬਹੁ ਰੋਈਆਂ ਗਲਤ ਹੋਈਆਂ, ਦਿਲ ਦੇਖ ਮਾਇਆ ਤੂੰ ਦਵੇ ਤੂੰ ਦਵੇ ਤੂੰ ਦਵੇ,
اور جڑیدار اس نے ششد بٹی ہوئی بالکل وہ سارے دیکھتے ہیں میرا کہانی اسی دی بھی سنا دی صحیح اشارہ بھی تو سن دے نا کیوں نہ آٹا نہ چینی دال 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 نا کیوں نہ آٹا نہ چینی دال ایم گل میں پایا اے ڈاب بال بال او میں سہک گئی اما یا لوئی اما روئی اگل روئی دل دیکھ مایت بوے کو گڈیا لگن تے کس طرح دیر نہیں آتا میں جلا وے لوکی تپ جان دے نتھیا گلی وے گلی وے مر گئی تیری چمپا کدے کھڑیا نہیں روئی غلط دل دیکھ مایت دمت دمت دل دیکھ مایت دمت دم اتو کھانی پی میں دب ہوں دب میں جیت جان بھی بموئی بوئی غلط ہوئی دل دیکھ مایت دم دب یہ گل ہو کے رہی ہے وہ اٹھا پتلو نا بھائی جن آس پا کے نکلتا ہے نا بچو آتی پتلو نے لائی آئے لنڈے دی لنڈے دی لنڈے دی لنڈے جی کیا بات ہے سواتی ماما زبردست پتلون لائی اوے لنڈے دی لنڈے دی دا بھی سال دے ہنڈے دی ہنڈے دی ہنڈے پر اللہ کے ساتھ لگا بوئی بوئی غلط ہے دل دیکھ کہ میت دمت 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 شیر سنو جی بڑا زبردست شیر ہے میں پریشان ہوئے دم زمان پریشان ہوئے دم زمان منجی مولو ایک تے کوٹھا کر او تو روما بہ کے تیری خوئیاں بولے غلط ہے دل دیکھ میں یہ دم تو دم تو دل دیکھ تو دمے تو دمے اتو کھانی پی میں دمے ہو دمے ہو میں جیت جان بھی بموئی غوئی غلط ہے دل دیکھ مائی تو دمے زوردار تاڑی ہونی چاہیے زبردست سواتی ماما زبردست ماشاءاللہ ماشاءاللہ جس سنو کاشف بھائی اے لنڈے دی بینڈ جس دی بو بوئی والی گل کدرا در مشہور ہے گل سن جس اکثر لنڈے دی بینڈ لائی جانی لائن دی او پرانی جینز دی بینڈ کاشف صاحب میں تساں نال ایک چھوٹی جی گل کرنا چاہسا سواتی ماما دے بارے وچ کیونکہ جو بندہ جس چیز دا مستحق ہوے اس کو وہ چیز ڈیڈیکیٹ کرنی چاہیے ہزارے دے میری عمر تو پہلے بھی بڑے شاعر گزرن اس بارے بھی تسی بہتر جانتے ہو لیکن عوامی طور تے لوگوں دے دل وچ راج کرنے والے سواتی ماما بالکل جی جانن پروگرام دی تساں کول بیٹھے دین جاوید اختر جیسے شاعری دی گل ہوئے مائک تو ذرا ہونا تے جناب ساڈے بنڈ پھگواڑیاں نال تعلق ہے جاوید اختر صاحب دا تے بڑی اچھی شاعری کر دین اور انہاں ایک دا ایک گیت بڑا مشہور ہویا شروع وچ جس لے ان کو کیسٹ وچ لوگ گانا شروع کیتی ماسٹر حسین بخش کوسر تو بعد دا دور شروع ہویا طارق ہزاروی والا تے اس دور وچ رفت نام دی ایک رفت ہزارہ دے نام تے ایک خاتون کچھ گیت گائے او گیت انہاں دا ہی آ اسی میرے گران والی نال تعلق ہے تے کیا لے جی ٹھیک ہو مائک نیڑے رکھو نا شکریہ تساں دا بہت شکریہ تساں کولو کچھ سنساں ضرور کتنے عرصے تو شاعری کردے ہو میں کافی عرصہ شاعری کیتی ہے 10-15-20 سال تقریبا پھر ختم ہو گئی اس تو بعد بس حالات اج بن گئے اس فیلڈ تو اچھا کوئی اپنی کوئی چیز کدے مختصر جی سناؤ سنا سا جی تے میں تقریباً 1.5 سال پہلے سنے ہیں یہ پولا جڑا تو ساڈے کول ہے جی جی یہ روز تاڑا تاڑا کر دے ہیں نا آوے تے آخر میری ماں مر گئی ہے ماں مر گئی ہے نا ایتھے ہی بیٹھے دے آونا میں تے میری ایک ماؤ دے والدین میں کوئی شاعری کیتی دی اچھا میں یاد ہے میں کہا چلو یار اپنی ماواں ٹھنڈیاں چھاواں آخر لوگ سیانے بالکل بے شک ماں اپنی نہ جستی ہوے او مائک سامنے جانے ماں جدوں دی میری موئی ہو گئے دن میرے اوکھے کے کراں تے کے کراں کس نال کراں دل سوٹھے اپنی ماواں ٹھنڈیاں چھاواں آخر لوگ سیانے لولے لنگڑے بچڑے ہون لاڈ لڈاون ماواں رکھ کے دودھ سرانے دیکھو اے پتران دیا نہ ہوں اپنی ماواں ٹھنڈیاں چھاواں آخر لوگ سیانے
अच्छा ये शेर जेरे गौर है, मां मरी ते रब ने आखे संभल के मूसा आवी रियां पहलियां गल्ला सोच के पैर तू पा। वाह वाह जी वाह। आखरी बोले आ जावेद करा दुआवां जीवे सब दी माओ सोने ते सुहागा नाले जीवन पैण भरा। वाह जी वाह 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 वाह। एक माइया गा दसा मैं गुरसुर वाला ना वो जरा वो लगा कि जरा तुंदा पहला गीत बड़ा मशहूर होया उतार त्रुट गई गीत जड़ा उस तरह निका जे रेडुआ तार त्रुट गई बाजे दी गाना मैं बनसा मैं पहन मरा जी दी ए लाहौर दी सिंगर है रिफत हजारा उस ते असी रिफत हजारा दे नाम ते एक कैसेट आई मार्केट विच दी बड़ी काफी मशहूर हुई है ते उस ते आखिर विच मैं अपना नाम मेरा इस तरह आंदा है जे मैं खुद गतके भी खेलदा रहया जी गतके विच सुन दे वाले साहब भी बिल्कुल जी मैं खुद भी खेलदा रहया ते उस पे मैं आखिर विच नाम लिखा ਪੈਣਾ ਜਾਵਨ ਵੀਰ ਤੋਂ ਸਦਕੇ ਵਿਆ ਖੇੜੇ ਜਵੇਦ ਵਿਗਤ ਕੇ ਨਿਕਲ ਜੇ ਰੇਡ ਗਾ ਤਾਂ ਤ੍ਰਿਟ ਕੀ ਬਾਜੇ ਦੀ। ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ਬੜੀ ਮਿਹਰਬਾਨੀ ਜੀ ਨਾਨੀ ਅੱਛੀ ਸ਼ਾਇਰੀ ਤੁਸੀਂ ਦੀ ਔਰ ਸਾਡੀ ਗੱਪਸ਼ਪ ਵੀ ਬੜੀ ਅੱਛੀ ਹੋਈ ਹੈ ਬੜਾ ਅੱਛਾ ਲੱਗਿਆ। ਬਹਰਹਾਲ ਕੋਸ਼ਿਸ਼ ਕਰੋ ਲਿਖਿਆ ਕਰੋ ਲਿਖਾਰੀ ਜਿਹੜੇ ਨਾ ਉਹਨਾਂ ਦੇ ਅੰਦਰੋਂ ਜਰਸੂਮਾ ਖਤਮ ਨਹੀਂ ਹੁੰਦਾ ਕੋਸ਼ਿਸ਼ ਕਰੋ ਅੱਲਾ ਕਰਸੀ ਅੱਛਾ ਲਿਖਣ ਸੋ ਜਦ ਸਾਡੀ ਡੇਢੀ ਜਾ ਰਹੀ ਹੈ ਜੀ ਉਹ ਗੱਪਸ਼ਪ ਅਤੇ ਜ਼ਾਹਿਰ ਇਸ ਵਿੱਚ ਹੁੰਦੀ ਹੈ ਗੀਤ ਮਾਈਏ ਵੀ ਨਾਲ ਨਾਲ ਇਸਦਾ ਹਿੱਸਾ ਹੁੰਦੇ ਨੇ ਅਤੇ ਖਾਸੀਆਂ ਗੱਲਾਂ ਹੋ ਗਈਆਂ ਅਤੇ ਮੇਰਾ ਖਿਆਲ ਕੋਈ ਗੀਤ ਤੁਸੀਂ ਨਹੀਂ ਸੁਣਾਇਆ ਇੰਤਜ਼ਾਰ ਕਰਦੇ ਹੋ ਸੋ ਤੁਸੀਂ ਮੁਨੀਰ ਆਵਾਨ ਸਾਡੇ ਕੋਲ ਮੌਜੂਦ ਹਨ ਇਹਨਾਂ ਕੋਲੋਂ ਬੜਾ ਜ਼ਬਰਦਸਤ ਕਿਸਮ ਦਾ ਗੀਤ ਔਰ ਸਾਡੀ ਡੇਢੀ ਵਿੱਚ ਪਹਿਲੀ ਵਾਰੀ ਗੀਤ ਤੁਸੀਂ ਸੁਣ ਸੋ ਔਰ ਯਕੀਨਨ ਤੁਸੀਂ ਚੰਗਾ ਲੱਗ ਸੀ। ਆਓ ਜੀ ਮੁਨੀਰ
ਬਹੁਤ ਸ਼ੁਕਰੀਆ ਮੁਨੀਰ ਆਵਾਨ ਵਾਰਸ਼ਾਲਾ ਜੀ ਜ਼ਬਰਦਸਤ ਔਰ ਖਾਸ ਤੌਰ 'ਤੇ ਤੁਸੀਂ ਪਰਦੇਸੀਆਂ ਵਾਸਤੇ ਫਿਰ ਇੱਕ ਸੋਹਣਾ ਜਿਹਾ ਗੀਤ ਗਾਇਆ ਕਿਉਂਕਿ ਪਰਦੇਸ਼ ਵਿੱਚ ਜਿਹੜੇ ਲੋਕ ਹੁੰਦੇ ਨੇ ਅਤੇ ਉਹਨਾਂ ਦੀ ਉਡੀਕ ਹੁੰਦੀ ਹੈ ਕਰਿਆਲਿਆਂ ਵੀ ਔਰ ਉਹਨਾਂ ਵੀ ਇਹ ਹੁੰਦਾ ਕਿ ਕਿਹੜਾ ਵੇਲਾ ਉਸ ਅਸਾਂ ਛੁੱਟੀ ਮਿਲ ਸੀ ਅਸੀਂ ਮੁੜ ਕੇ ਆਪਣੇ ਕਾਰਜੁਸਾਂ ਅੱਜ ਬੈਠਦੇ ਹਾਂ ਜੀ ਬਾਂਡਾ ਫਗਵਾੜੀਆਂ ਔਰ ਬਾਂਡਾ ਫਗਵਾੜੀਆਂ ਵਿੱਚ ਅੱਜ ਹੀ ਮਲਕ ਮੁਹੰਮਦ ਆਵਾਨ ਦੀ ਡੇਢੀ ਵਿੱਚ ਅਤੇ ਮੁਖਤਲਿਫ ਲੋਕ ਇੱਥੇ ਬੈਠੇ ਦੇ ਨੇ ਗ੍ਰਾਂ ਦੇ ਵਸਨੀਕ ਵੀ ਹਨ ਔਰ ਗ੍ਰਾਂ ਤੋਂ ਬਾਹਰ ਵੀ ਲੋਕ ਆਏ ਦੇ ਨੇ ਅਤੇ ਜਿਨ੍ਹਾਂ ਦਾ ਇਸ ਗ੍ਰਾਂ ਨਾਲ ਦਿਲੋ ਜਾਨ ਦਾ ਤਾਲਕ ਹੈ ਤੈਮੂਰ ਜਾਨ ਸਾਹਿਬ ਸਾਡੇ ਕੋਲ ਮੌਜੂਦ ਹਨ ਥੋੜ੍ਹੀ ਜਿਹੀ ਗੱਲ ਇਹਨਾਂ ਨਾਲ ਕਰਨੀ ਔਰ ਮੇਰਾ ਖਲੇ ਦੇਣ ਲੱਗ ਗਏ ਕਿ ਅਨਕ ਮੈਂ ਲੜ ਛੋੜਨਾ ਅਤੇ ਯਾਸਰ ਤੁਸੀਂ ਵੀ ਲਾ ਛੋੜੋ ਅਤੇ ਜੀ ਤੈਮੂਰ ਜਾਨ ਸਾਹਿਬ ਅਸਲਾਮ ਵਾਲੇਕਮ ਸਰ ਵਾਲੇਕਮ ਸਲਾਮ ਕੀ ਹਾਲ ਹੈ ਠੀਕ ਤੁਸਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਸਾਂ ਸਾਡੇ 'ਤੇ ਵੀ ਨਜ਼ਰ ਕਰਮ ਕੀਤੀ ਹੈ ਅਤੇ ਖਾਸ ਕਰ ਹਾਜੀ ਮਲਕ ਮੁਹੰਮਦ ਆਵਾਨ ਸਾਹਿਬ ਦਾ ਕਿ ਉਹਨਾਂ ਇਨਵਾਈਟ ਕੀਤਾ ਅਸਾਂ ਅੱਜ ਇਸ ਖੂਬਸੂਰਤ ਪ੍ਰੋਗਰਾਮ ਡੇਢੀ ਵਿੱਚ ਮੈਂ ਥੋੜ੍ਹੀ ਜਿਹੀ ਗੱਲਬਾਤ ਕਰ ਸਾਂ ਕਿ ਮੇਰਾ ਬਾਂਡਾ ਫਗਵਾੜੀਆਂ ਨਾਲ ਤਾਲਕ ਤਕਰੀਬਨ 35 ਸਾਲ ਤੋਂ ਹੈ ਮੇਰੇ ਬਾਂਡਾ ਫਗਵਾੜੀਆਂ ਵਿੱਚ ਬਹੁਤ ਅੱਛੇ ਦੋਸਤ ਹਨ ਔਰ ਇਹ ਗ੍ਰਾਂ ਐਸਾ ਗ੍ਰਾਂ ਹੈ ਕਿ ਮੈਂ ਹਮੇਸ਼ਾ ਇਸ ਤੋਂ ਅਪਣਾਈਅਤ ਦਾ ਇੱਕ ਅਹਿਸਾਸ ਹੋਇਆ ਉਸਦੀ ਬੇਸਿਕ ਵਜ੍ਹਾ ਇਹ ਕਿ ਇੱਥੇ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਅਸਾਂ ਇਸ ਤਰ੍ਹਾਂ ਟ੍ਰੀਟ ਕੀਤਾ ਕਿ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਭਤੀਜੇ ਹਾਂ ਬੇਟੇ ਹਾਂ ਬੱਚੇ ਹੁੰਦੇ ਹਾਂ ਅਤੇ ਹਮੇਸ਼ਾ ਮੈਂ ਇੱਕ ਐਸਾ ਅਹਿਸਾਸ ਹੋਇਆ ਕਿ ਬਾਂਡਾ ਫਗਵਾੜੀਆਂ ਸਾਡਾ ਇੱਕ ਦੂਸਰਾ ਘਰ ਹੈ ਬੇਸ਼ੱਕ ਜੀ ਆਪਣਾ ਗ੍ਰਾਂ ਕਿਹੜਾ ਸੁਣਦਾ ਅਸੀਂ ਬੇਸਿਕਲੀ ਮਲਕਪੁਰੇ ਤੋਂ ਅੱਛਾ ਮਲਕਪੁਰੇ ਦੇ ਉਤਲਾ ਮਲਕਪੁਰ ਮਲਕਪੁਰਾ ਅਤੇ ਬਾਂਡਾ ਫਗਵਾੜੀਆਂ ਬੇਸ਼ਮਲਾ ਪਹਾੜੀ ਹੈ ਇੱਕ ਹੀ ਗ੍ਰਾਂ ਇੱਕ ਹੀ ਗ੍ਰਾਂ ਹੈ ਬਲਕਿ ਇੱਕ ਤਾਂ ਦੋ ਰਿਹਾ ਹੋਣ ਤਾਂ ਖੈਰ ਖਤਮ ਹੋ ਗਿਆ ਉਹ ਮਾਮਲਾ ਕਿ ਸ਼ਾਦੀ ਵਿਆਹ ਵੀ ਸਾਂਝੇ ਹੁੰਦੇ ਮਲਕਪੁਰੇ ਵਾਲੇ ਲੋਕ ਅਸਾਂ ਆਖਦੇ ਹੁੰਦੇ ਅਸੀਂ ਉਹਨੂੰ ਆਖਦੇ ਹੁੰਦੇ ਹਾਂ ਲੇਕਿਨ ਹੁਣ ਜ਼ਰਾ ਆਬਾਦੀ ਜ਼ਿਆਦਾ ਹੋ ਗਈ ਹੈ ਅਤੇ ਖਰਚਾ ਵੀ ਜ਼ਿਆਦਾ ਹੋ ਗਿਆ ਨਾ ਅੱਛਾ ਤੈਮੂਰ ਜੀ ਪੂਰਾ ਨਾਂ ਜੀ ਤੈਮੂਰ ਜਾਨ ਇਹ ਜਾਨ ਕਿਸ ਤੇ ਹੋ ਜਾਨ ਆਪਣੇ ਵਾਲਦੈਨ ਤੇ ਬਜ਼ੁਰਗਾਂ ਨੇ ਉਹ ਮੜੇ ਪਿਓ ਦਾ ਨਾਮ ਵੀ ਲਤੀ ਜਾਨ ਆਸਾ ਮੜੀ ਬਹੂ ਹੈ ਜਾਨ ਨਾਂ ਨਾ ਲਿਖ ਕੇ ਕਰ ਖਾਲੀ ਦਿੱਤੀ ਵਾਸਤੇ ਕਰਨ ਤੋਂ ਚਲੋ ਠੀਕ ਹੋ ਗਿਆ ਜੀ ਤੇ ਔਰ ਡੇਢੀ ਦੇ ਵਾਲ ਨਾਲ ਕੋਈ ਗੱਲ ਡੇਢੀ ਪ੍ਰੋਗਰਾਮ ਸਰ ਮੈਂ ਅਕਸਰ ਆਪਣਾ ਫੇਸਬੁੱਕ ਉੱਤੇ ਦੇਖਦਾ ਰਹਿੰਦਾ ਹਾਂ ਬਲਕਿ ਨੈਟ ਉੱਤੇ ਅਕਸਰ ਦੇਖਦੇ ਹੁੰਦੇ ਹਾਂ ਮੇਰੇ ਦੋਸਤ ਤੇ ਮਲਕ ਸਈਦ ਸਾਹਿਬ ਉਹਨਾਂ ਇੱਕ ਦਫਾ ਮੈਂ ਆਖਿਆ ਯਾਰਾ ਇੱਕ ਵਾਰੀ ਦੇਖੋ ਤੇ ਸਹੀ ਅਤੇ ਜਦੋਂ ਫਸਟ ਟਾਈਮ ਦੇਖਿਆ ਹੈ ਤਾਂ ਇੱਕ ਅਹਿਸਾਸ ਆਪਣਾ ਇਹ ਤਾਂ ਹੋਇਆ ਹੈ ਕਿ ਚਲੋ ਸਾਡੀ ਮਾਦਰੀ ਜ਼ਬਾਨ ਜਿਹੜੀ ਇਨਕੋ ਹੋਵੇ ਉਸ ਵਿੱਚ ਵੀ ਕੋਈ ਐਸਾ ਪ੍ਰੋਗਰਾਮ ਹੈ ਕਿ ਜਿਸ ਤਰ੍ਹਾਂ ਲੋਕ ਪਸੰਦ ਕਰਦੇ ਹਨ ਔਰ ਅਸਾਂ ਦੀ ਸਕਾਫਤ ਆ ਉਹ ਉਜਾਗਰ ਕਰਦਾ ਹੋਵੇ ਅਤੇ ਤੁਸਾਂ ਦਾ ਬਹੁਤ ਬਹੁਤ ਸ਼ੁਕਰੀਆ ਤੁਸਾਂ ਦੀ ਮਿਹਰਬਾਨੀ ਜਨਾਬ ਸਫੀਉਰ ਰਹਿਮਾਨ ਸਾਹਿਬ ਨਾਲ ਬੈਠੇ ਦੇ ਜੀ ਸਫੀਉਰ ਰਹਿਮਾਨ ਦਾ ਤਾਲਕ ਇਸੀ ਗਰਾਂ ਨਾਲ ਉਸਤਾਦਨ ਜੀ ਪੇਸ਼ੇ ਦੇ ਲਿਹਾਜ਼ ਨਾਲ ਇੰਤਾਈ ਪੜ੍ਹੇ ਲਿਖੇ ਆਦਮੀ ਔਰ ਸਾਡੇ ਬਾਂਡਾ ਫਗਵਾੜੀਆਂ ਵਿੱਚ ਬਿਲਕੁਲ ਨੌਜਵਾਨੀ ਦੀ ਉਮਰ ਵਿੱਚ ਸੋਸ਼ਲ ਵਰਕ ਦਾ ਜਿੱਦਾਂ ਇਬਤਦਾ ਕੀਤੀ ਹੈ ਇਹ ਉਹਨਾਂ ਵਿੱਚ ਸ਼ਾਮਿਲ ਹੈ ਹਰ ਮਾਮਲੇ ਵਿੱਚ ਬੜ ਚੜ ਕੇ ਹਿੱਸਾ ਕਹਿੰਦੇ ਨੇ ਅਤੇ ਨਾਲ ਬੱਚਿਆਂ ਪੜ੍ਹਾਉਂਦੇ ਵੀ ਹਨ ਜਨਾਬ ਕੀ ਹਾਲ ਹੈ ਜੀ ਬਹੁਤ ਸ਼ੁਕਰੀਆ ਜੀ ਮਾਲਕ ਸਾਹਿਬ ਜਿੱਥੇ ਤੱਕ ਤਾਲਕ ਹੈ ਤੁਸਾਂ ਦੀ ਡੇਢੀ ਦਾ ਤੁਸਾਂ ਦੇ ਨਾਂ ਦੇ ਹਵਾਲੇ ਨਾਲ ਬਾਂਡਾ ਫਗਵਾੜੀਆਂ ਦਾ ਵੈਸੇ ਵੀ ਤਾਰਫ ਆ ਲੇਕਿਨ ਅੱਜ ਤੁਸਾਂ ਬਾਂਡਾ ਫਗਵਾੜੀਆਂ ਵੀ ਡੇਢੀ ਕਰਕੇ ਵਾਕਈ ਉਸ ਬਾਂਡਾ ਫਗਵਾੜੀਆਂ ਸਹੀ ਮਾਇਨੇ ਵਿੱਚ ਦੁਨੀਆ ਮੇ ਰੋਸ਼ਨਾਸ ਕੀਤਾ ਔਰ ਇਹ ਮੈਂ ਸਮਝਣਾ ਕਿ ਕੇ2 ਟੈਲੀਵਿਜ਼ਨ ਦੀ ਬਹੁਤ ਬੜੀ ਕੰਟਰੀਬਿਊਸ਼ਨ ਹੈ ਖਾਸ ਤੌਰ 'ਤੇ ਹਜ਼ਾਰੇ ਵਿੱਚ ਮੁਖਤਲਿਫ ਗ੍ਰਾਂ ਹਾਈਲਾਈਟ ਕਰਨਾ ਉਹਨਾਂ ਦੇ ਮਸਾਇਲ ਹਾਈਲਾਈਟ ਕਰਨਾ ਔਰ ਲੋਕਾਂ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਕੇ2 ਟੈਲੀਵਿਜ਼ਨ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਔਰ ਖਾਸ ਤੌਰ 'ਤੇ ਹਿੰਕੋ ਦੇ ਹਵਾਲੇ ਨਾਲ ਮੈਂ ਸਮਝਣਾ ਜਿਹੜੀ ਸਾਡੇ ਘਰਾਂ ਵਿੱਚ ਵੀ ਬਾਕੀ ਚੀਜ਼ ਵੀ ਆਹਿਸਤਾ ਆਹਿਸਤਾ ਖਤਮ ਹੋ ਰਹੀ ਹੈ ਲੇਕਿਨ ਇਸ ਪ੍ਰੋਗਰਾਮ ਉਸਾਂ ਦੁਬਾਰਾ ਨਹੀਂ ਜ਼ਿੰਦਗੀ ਦਿੱਤੀ ਹੈ ਔਰ ਯਕੀਨਨ ਇਹ ਤੁਸਾਂ ਦੀ ਕੇ2 ਟੈਲੀਵਿਜ਼ਨ ਦੀ ਹਿੰਕੋ ਜ਼ਬਾਨ ਵਾਸਤੇ ਬਹੁਤ ਬੜੀ ਕੰਟਰੀਬਿਊਸ਼ਨ ਹੈ ਔਰ ਮੈਂ ਸਮਝਣਾ ਕਿ ਤੁਸਾਂ ਬਾਕੀ ਪ੍ਰੋਗਰਾਮ ਇੱਥੋਂ ਵਾਈਂਡ ਅਪ ਕਰ ਛੋੜਨ ਸ਼ਾਇਦ ਬਹੁਤ ਹੋਰ ਕੋਈ ਵਜ੍ਹਾ ਪ੍ਰੋਗਰਾਮ ਹੁੰਦੇ ਨੇ ਸਾਡੇ ਪ੍ਰੋਗਰਾਮ ਹੁੰਦੇ ਨੇ ਐਬਟਾਬਾਦ ਸੈਂਟਰ ਲੇਕਿਨ ਕੇ2 ਟੈਲੀਵਿਜ਼ਨ ਦੀ ਐਬਟਾਬਾਦ ਹਜ਼ਾਰੇ ਵਾਸਤੇ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਔਰ ਮੁਖਤਲਿਫ ਹਜ਼ਾਰੇ ਦੇ ਜਿਹੜੇ ਮਸਾਇਲ ਹਨ ਉਹਨਾਂ ਹਾਈਲਾਈਟ ਕਰਨਾ ਔਰ ਹਕੂਮਤੀ ਸਤ੍ਹਾ 'ਤੇ ਉਹਨਾਂ ਮੌਸਰ ਤਰੀਕੇ ਨਾਲ ਪਹੁੰਚਾਉਣਾ ਇਹ ਬਹੁਤ ਬੜੀ ਕੰਟਰੀਬਿਊਸ਼ਨ ਬਹੁਤ ਸ਼ੁਕਰੀਆ ਸਰਕਾਰੀ ਸਕੂਲਾਂ ਦੇ ਉਸਤਾਦ ਹੋ ਕੇ ਜੀ ਮੈਂ ਬਿਲਕੁਲ ਸਰਕਾਰੀ ਸਕੂਲ ਦਾ ਉਸਤਾਦ ਹਾਂ ਪ੍ਰਾਇਮਰੀ ਸਕੂਲਾਂ ਦੇ ਨਹੀਂ ਦੂਸਰੀ ਮੈਂ ਤੁਸਾਂ ਜ਼ਰਾ ਤੁਸੀਂ ਜ਼ਰਾ ਜਦੋਂ ਮੈਂ ਸਰਕਾਰੀ ਸਕੂਲ ਦੀ ਗੱਲ ਕੀਤੀ ਹੈ ਮੈਂ ਉਸਦੀ ਵਜ਼ਾਹਤ ਕਰਸਾਂ ਉਹ ਸਰਕਾਰੀ ਸਕੂਲ ਹੈ ਲੇਕਿਨ KPK ਦਾ ਟਾਪ ਦਾ ਸਕੂਲ ਹੈ ਠੀਕ ਹੈ ਨੰਬਰ 3 ਗਵਰਨਮੈਂਟ ਹਾਈ ਸਕੂਲ ਹੈ ਬਟਬਾਦ ਜਿਹੜਾ ਹੈ ਪੂਰੇ ਸੂਬਾ KPK ਦਾ ਨੰਬਰ 1 ਸਕੂਲ ਹੈ ਔਰ ਉਸ ਸਕੂਲ ਆਤਨ ਗਰੀਬਾਂ ਦਾ ਬਰਨਾਲ ਅੱਛਾ ਜਿਸ ਤਰ੍ਹਾਂ ਬਰਨਾਲ ਵਿੱਚ ਲੋਕ ਅਫੋਰਡ ਨਹੀਂ ਕਰ ਸਕਦੇ ਇਸੇ ਤਰੀਕੇ ਨਾਲ ਨੰਬਰ 3 ਸਕੂਲ ਜਿਹੜਾ ਹੈ ਉਹ ਗਰੀਬ ਲੋਕਾਂ ਵਾਸਤੇ ਮਿਡਲ ਕਲਾਸ ਲੋਕਾਂ ਵਾਸਤੇ ਉਹਨਾਂ ਦੇ ਬੱਚਿਆਂ ਵਾਸਤੇ ਅੱਗੇ ਆਉਣ ਵਾਸਤੇ ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਗਵਰਨਮੈਂਟ ਜਿਸਲੇ ਇਸ ਇੰਗਲਿਸ਼ ਮੀਡੀਅਮ ਕੀਤਾ ਹੈ ਉਸ ਤੋਂ ਬਾਅਦ ਇਸ ਸਕੂਲ ਵਿੱਚ ਉਹ ਜਿਹੜੇ ਬੱਚੇ ਪੜ੍ਹ ਕੇ ਗਏ ਉਹ ਮੁਖਤਲਿਫ ਸ਼ੋਬਾ ਜ਼ਿੰਦਗੀ ਵਿੱਚ ਬੜੇ ਆਲਾ ਅਹੁਦਿਆਂ 'ਤੇ ਕੰਮ ਕਰ ਰਹੇ ਔਰ ਇਸ ਇੰਸਟੀਟਿਊਸ਼ਨ ਦੀ ਜਿੱਥੇ ਤੱਕ ਮਹਿਕਮਾ ਤਾਲੀਮ ਦਾ ਤਾਲਕ ਹੈ
जिसलै सरकारी तालीमी इदारे ते सवाल उठता है तो गवर्नमेंट की तरफा कोई डिफेंड करता है तो गवर्नमेंट हाई स्कूल नंबर 3 ऐप्ट बाद कोई शक नहीं ठीक कोई शक नहीं मैं गल खफा नो ये मड़े ग्राम दी अथी मेरे ना उथा स्कूल है उथा उस्ताद ने माशाल्लाह अल्लाह खुश रहे ने आंदे काटी है ते यकीन कर सो ना करो देसी के देसी अंडे भरियां ए नहीं मुकांदे चंद जदों यो आसन बच्चा कहना ये देखो ये माशरे दी सोच दी गल है माशरे बे सोच दी गल है अगर जिथे तक तुसा गल कीती अंडिया की या दुद्ध या बाकी चीज़ों की ये अगर कम्यूनिटी ठीक हो लोग ठीक हो सवाल ही नहीं पैदा होता स्कूल ठीक ना हो लोगों की इनवॉल्वमेंट ही नहीं जिथे तक तलक के लोग बाज़ अजे भी हैं कि जोड़े बच्चों के ना लिखा दे लेकिन जिसल मैट्रिक तक पहुँचते उस बच्चों का पता लगता ना गलत लिखा रहे हैं समझो जिस तक ਬੜੀ ਆਪਣੀ ਗੱਲ ਦੱਸਾਂ ਨੇ ਮੈਂ ਆਪ ਉਸਤਾਦ ਯਕੀਨ ਕਰ ਸਕ ਪੰਜ ਧੜੇ ਸਕੂਲਾਂ ਨਾਲ ਜੁੜਦਾ ਸਾਂ ਛੇਵੇਂ ਧੜੇ ਤੇ ਦੇਸੀ ਅੰਡੇ ਤੇ ਤਲਾ ਕੱਚਾ ਤਲਾ ਰੱਖ ਕੇ ਜਵੇ ਪਾ ਕੇ ਆਸੇ ਉਸਤਾਦਾਂ ਨੂੰ ਕੋਲ ਜੁੜ ਕੇ ਬਸ ਕਟਾਏ ਪਾ ਕੇ ਅੰਦਾਸ ਉਸਤਾਦੋਂ ਬਚਾਏ ਤੂੰ ਆਂਦਾ ਰਹੀਂ ਬੈਠ ਹੋਤਾ ਤੇ ਕੇ ਬਸ ਤੂੰ ਠੀਕ ਹੈ ਬੋਲਿਆ ਇਹ ਦੇਖੋ ਤੇ ਫਿਰ ਉਹ ਦੇਖ ਕੇ ਨੋਂ ਜਿੱਥੇ ਹੁਣ ਤੁਸੀਂ ਪਹੁੰਚੋ ਨੇ ਉਹ ਅੰਡਿਆਂ ਦਾ ਹੀ ਨਤੀਜਾ ਨਾ ਅੱਜ ਜਿੱਥੇ ਬੈਠੇ ਸੈਂ ਇਹ ਅੰਡਿਆਂ ਦੇ ਹੀ ਅੰਡਿਆਂ ਵਿੱਚੋਂ ਫਿਰ ਇਹਦੀ ਬੱਚੇ ਪੈਦਾ ਹੁੰਦੇ ਨੇ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਰਾਜਾ ਅਬਦੁਲ ਖਾਲਿਕ ਸਾਹਿਬ ਬੈਠੇ ਨੇ ਜ਼ਰਾ ਇਹਨਾਂ ਨਾਲ ਥੋੜ੍ਹੀ ਜਿਹੀ ਗੱਲ ਕਰਕੇ ਨਾ ਜੀ ਸਾਡੇ ਗ੍ਰਾਂ ਦੇ ਸਾਬਕ ਕੌਂਸਲਰ ਹਨ ਔਰ ਖਾਸ ਤੌਰ 'ਤੇ ਜਿੰਨਾ ਅਰਸਾ ਇਹਨਾਂ ਦਾ ਟੈਨਿਓਰ ਰਿਹਾ ਇਹਨਾਂ ਦੇ ਖਿਦਮਾਤ ਔਰ ਇਹਨਾਂ ਦੇ ਜਿਰਗਿਆਂ ਦੇ ਹਵਾਲੇ ਨਾਲ ਬੜੀ ਮਸ਼ਹੂਰ ਸ਼ਖਸੀਅਤ ਰਹੇ ਸਾਡੇ ਗ੍ਰਾਂ ਵਿੱਚ ਅਤੇ ਜਨਾਬ ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਅਸਾਂ ਕੋਲ ਆਏ ਦਿਨ ਰਾਜ ਸਾਹਿਬ ਕੀ ਹਾਲ ਹੈ ਜੀ ਸਲਾਮ ਅਲੈਕੁਮ ਜੀ ਵਾਲੇਕੁਮ ਮਾਈਕ ਨੇੜੇ ਕਰੋ ਨਾ ਅੱਜ ਅੱਲਾ ਦਾ ਸ਼ੁਕਰ ਹੈ ਜੀ ਤਕਰੀਰ ਤੇ ਬੜੀ ਸੋਹਣੀ ਕਰਦੇ ਹੋ ਤੇ ਅੱਜ ਬੜੀ ਮਿਹਰਬਾਨੀ ਬਸ ਉਧਰ ਮੂੰਹ ਕੀਤੇ ਅੱਲਾ ਅੱਲਾ ਬੜੀ ਮਿਹਰਬਾਨੀ ਤੁਸੀਂ ਯਾਦ ਕੀਤਾ ਹੈ ਬੜੀ ਮਿਹਰਬਾਨੀ ਮਲਕ ਮਹਾਬਤ ਸਾਹਿਬ ਦੀ ਜਿਹਨਾਂ ਤੁਸੀਂ ਦਾਵਤ ਦਿੱਤੀ ਹੈ ਤੁਸੀਂ ਇੱਥੇ ਆਏ ਹੋ ਸਾਡੀ ਗ੍ਰਾਂ ਵਿੱਚ ਅਸੀਂ ਅੱਜ ਤੁਸਾਂ ਵਿੱਚ ਬੈਠੇ ਦੇ ਹਾਂ ਅਤੇ ਸਾਡਾ ਨਾਮ ਹੀ ਤੁਸੀਂ ਕਿਹਾ ਅਤੇ ਇਹ ਬੜਾ ਮਿਹਰਬਾਨੀ ਤੁਸੀਂ ਕੇ2 ਵਾਲਿਆਂ ਦੀ ਕਿ ਅੱਜ ਸਾਰੀ ਤਕਰੀਬਨ ਉਹ ਜਿਸ ਜਿਸ ਕੋਲ ਉਸੀ ਨੰਬਰ ਤੋਂ ਦੇਖ ਸੁਣ ਸਾਰੇ ਜਿਹੜਾ ਕਾਸ਼ਿਫ ਮਲਕ ਸਾਹਿਬ ਬਾਂਡਾ ਫਗਵਾੜੀਆਂ ਆਪਣੇ ਬਾਈ ਗ੍ਰਾਂ ਵਿੱਚ ਗਏ ਦਿਨ ਜੀ ਬਿਲਕੁਲ ਗ੍ਰਾਂ ਦੇ ਹਵਾਲੇ ਨਾਲ ਅਸਾਂ ਦੇ ਬਹੁਤ ਸਾਰੇ ਮਿਸਾਇਲ ਵੀ ਆਏ ਕੁਝ ਹੋ ਗਏ ਅਤੇ ਕੁਝ ਮੇਰੇ ਖਿਆਲ ਮਰਨੇ ਤੱਕ ਨਹੀਂ ਮੁੱਕੋ ਲੱਗੇ ਲੇਕਿਨ ਅਸਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਨੇ ਜਿਸ ਵਿੱਚ ਇਹ ਫੁੱਟਬਾਲਰ ਸਾਹਿਬ ਸਾਡੇ ਕੋਲ ਉੱਠ ਕੇ ਉਹ ਵੀ ਇਹਨਾਂ ਗਰਾਊਂਡਾਂ ਵਿੱਚ ਖੇਡ ਕੇ ਅਤੇ ਟੀਮ ਦੇ 5 ਸਾਲ ਕਪਤਾਨ ਰਹੇ ਤੁਸੀਂ 5 ਸਾਲ ਗੋਲਕੀਪਰ ਰਹੇ ਹੋ ਇਸੇ ਐਪਟਾਬਾਦ ਨਾਲ ਫਗਵਾੜੀਆਂ ਗਰਾਊਂਡ ਵਿੱਚ ਖੇਡਦੇ ਰਹੇ ਹੋ ਲੇਕਿਨ ਹੁਣ ਤੁਸੀਂ ਆਏ ਹੋ ਸੋ ਕਿ ਅਸੀਂ ਜਿਹੜਾ ਗਰਾਊਂਡਾਂ ਤੋਂ ਮਹਿਰੂਮ ਹੋ ਗਏ ਹਾਂ ਜੀ ਜਿਹੜੀ ਅਸਾਂ ਦੀ ਬਦਕਿਸਮਤੀ ਹੈ ਜਾਂ ਸਾਡੀ ਕੁਝ ਲਾਪਰਵਾਹੀ ਹੈ ਜਾਂ ਗੈਰ ਜ਼ਿੰਮੇਵਾਰੀ ਕੋਈ ਹੋ ਗਈ ਹੈ ਸਾਡੇ ਕੋਲੋਂ ਇਹ ਅਸਾਂ ਗਰਾਊਂਡਾਂ ਮਿਲਣੀਆਂ ਚਾਹੀਦੀਆਂ ਅਸਾਂ ਦੀਆਂ ਗਰਾਊਂਡਾਂ ਕਿਉਂ ਬੰਦ ਹੋਈਆਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਮੈਂ ਇੱਕ ਆਪਣਾ ਸ਼ਰੀਫ ਸੈਨ ਸ਼ਾਹ ਸਾਹਿਬ ਦੇ ਸ਼ੇਰ ਦਾ ਇੱਕ ਮਿਸਰਾ ਯਾਦ ਆ ਗਿਆ ਕਿ ਕੋਠਾ ਚੜ੍ਹਨਿਓ ਵੀ ਸ਼ਾਹ ਇਮਦਾਦ ਕੀਤੀ ਕੋਠਾ ਸਾੜਨਿਓ ਵੀ ਜ਼ਾਲਮ ਨਾਲ ਆਸਾ ਹੁਣ ਮੈਂ ਇਤਨੀ ਜਾਨ ਜਾਨ ਹੈ ਨਾ ਜਾਨ ਸਾਜਦ ਮਲਕ ਸਾਜਦ ਸਾਹਿਬ ਬੈਠੇ ਦੇ ਜੀ ਕੋਨੇ ਉੱਤੇ ਤੇ ਥੋੜੀ ਜੀ ਗੱਲ ਇਹ ਨਾ ਕਰਾਂ ਮਲਕ ਸਾਹਿਬ ਕੀ ਹਾਲ ਹੈ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਜਨਾਬ ਠੀਕ ਹੋ ਸ਼ੁਕਰ ਅਲਹਮਦੁਲਿਲਾ ਬਸ ਇੱਥੇ ਅੱਜ ਫਾਜ਼ੀ ਤੇ ਬੈਠੇ ਆ ਨਾ ਤੇ ਕੁਝ ਨਾ ਤੇਰੇ ਮਲੇ ਚ ਆਏ ਦੇ ਨਾ ਉਹ ਵਾਲੇ ਮਲਕ ਨਹੀਂ ਜਿਹੜਾ ਇਲਾਕਾ ਵਿੱਚ ਸਾਂਦਾ ਸਰ ਨਾ ਐਵੇਂ ਕੁਝ ਐਵੇਂ ਆਲੀ ਹਾਂ ਥੋੜਾ ਬਹੁਤ ਰਹੇ ਦੇ ਡੇਡੀ ਦੇ ਵਾਲ ਨਾਲ ਕੋਈ ਗੱਲ ਕਰੋ ਫਿਰ ਅੱਗੇ ਲੱਗੇ ਡੇਡੀ ਦੇ ਬਹੁਤ ਅੱਛਾ ਪ੍ਰੋਗਰਾਮ ਹੈ ਅੱਜ ਦੇਖ ਕੇ ਨੋ ਤੁਸੀਂ ਕਿ ਅਸੀਂ ਸਵੇਰ ਦੇ ਬੈਠੇ ਦੇ ਆ ਟੋਪੀ ਲੱਗੀ ਏ ਛਾਂ ਵੀ ਆ ਗਈ ਏ ਲੇਕਿਨ ਵਕਤ ਇਹ ਜਿਹਾ ਗੁਜ਼ਰਿਆ ਕਿ ਅਸਾਂ ਖੇੜੀ ਵਿੱਚ ਅਸਾਂ ਇਹ ਮਹਿਸੂਸ ਨਹੀਂ ਹੋਇਆ ਕਿ ਅਸਾਂ ਦਾ ਪੂਰਾ ਦਿਨ ਇੱਥੇ ਹੋ ਗਿਆ ਠੀਕ ਹੈ ਜੀ ਮੈਂ ਕਿਹਾ ਹੈ ਇਜਾਜ਼ ਆਸੋ ਕਿ ਤੁਸਾਂ ਦੇ ਸਾਲਗਿਰਾ ਦੇ ਪ੍ਰੋਗਰਾਮ ਵਿੱਚ ਮੈਂ ਬਗੜਾ ਨੰਬਰ 2 ਵਿੱਚ ਵੀ ਸ਼ਰੀਕ ਹੋਇਆ ਬਿਲਕੁਲ ਬਿਲਕੁਲ ਹਾਜ਼ਰੀ ਮੈਂ ਉੱਥੇ ਦਿੱਤੀ ਲੇਕਿਨ ਉੱਥੇ ਹਾਜ਼ਰੀ ਕਿਉਂ ਦਿੱਤੀ ਤੁਸਾਂ ਕੋਈ ਸਾਡੇ ਦਰ ਨਹੀਂ ਗਏ ਨਾਲ ਤੁਸਾਂ ਦਫ਼ਤਰ ਰਿਹਾ ਤਲੇ ਓ ਬਈ ਜਨਾਬ ਫਿਰ ਵੀ ਦਾਵਤ ਤੇ ਤੁਸਾਂ ਹੀ ਦਿੱਤੀ ਹੈ ਨਾ ਮੈਂ ਬੁਲਾਇਆ ਲੇਕਿਨ ਇਹ ਵੀ ਕਿ ਤੁਸੀਂ ਸਪੈਸ਼ਲ ਬਣਾ ਫਗਵਾੜੀਆਂ ਤੋਂ ਨਹੀਂ ਗਏ ਹੋ ਉੱਥੋਂ ਹੀ ਚੜ ਗਏ ਉੱਥੇ ਅੱਛਾ ਅੱਛਾ ਫਿਰ ਵੀ ਕਿੱਦਾਂ ਰਹਾ ਹੈ ਰੋਡ ਤੋਂ ਉੱਤੇ ਨਾ ਬਿਲਕੁਲ ਟਾਕੇ ਦੀ ਚੋਟੀ ਉੱਤੇ ਖੜੇ ਚਲੋ ਜੀ ਬਿਲਕੁਲ ਅੱਲਾਹ ਤਾਲਾ ਨੇ ਅੱਲਾਹ ਤਾਲਾ ਖੁਸ਼ ਰੱਖੇ ਸਾਰਿਆਂ ਭਰਾਵਾਂ ਮੇਰੀ ਤਰਫੋਂ ਸ਼ੁਕਰੀਆ ਬਹੁਤ ਬਹੁਤ ਕੇ2 ਟੀਮ ਆ ਜਿਨ੍ਹਾਂ ਨੇ ਅੱਜ ਪੂਰੇ ਦਿਨ ਅਸਾਂ ਦਾ ਅੱਛਾ ਗੁਜ਼ਰਿਆ ਬਸ
ਮਲਿਕ ਅਮਜਦ ਮਲਿਕ ਅਮਜਦ ਸਾਹਿਬ ਨਾਲ ਵੀ ਗੱਲ ਕਰਸਾਂ ਅਤੇ ਕਾਸ਼ਿਫ ਭਾਈ ਜੀ ਜੀ ਮਾੜਾ ਸ਼ਕੀਲ ਅਵਾਨ ਅੱਜ ਤ੍ਰੀਏ ਪ੍ਰੋਗਰਾਮਾਂ ਵਿੱਚ ਆਉਂਦੀ ਇਸ ਨਾਲ ਕਿ ਨਿੱਕੀ ਜੀ ਗੱਲ ਕਰ ਛੋੜ ਮੈਂ ਕਰਨਾ ਪਹਿਲੇ ਮਲਿਕ ਸਾਹਿਬ ਨਾਲ ਗੱਲ ਕਰਕੇ ਨਾ ਫਿਰ ਸ਼ਕੀਲ ਦਰਜ ਲੈ ਜਨਾਬ ਕਿਆ ਹਾਲ ਹੈ ਜੀ ਮਲਿਕ ਅਮਜਦ ਅਵਾਨ ਜੀ ਵਕੀਲ ਹਨ ਪੇਸ਼ੇ ਦੇ ਲਿਹਾਜ਼ ਨਾਲ ਔਰ ਜ਼ਬਰਦਸਤ ਕਿਸਮ ਦਾ ਅਸਾਂ ਦਾ ਖੈਰ ਸਾਡਾ ਫਖਰ ਹਨ ਕਿ ਇੰਤਹਾਈ ਬੋਲਣ ਵਾਲੇ ਆਦਮੀ ਪੜ੍ਹੇ ਲਿਖੇ ਦੇ ਆਦਮੀ ਔਰ ਗ੍ਰਾਂ ਦੇ ਮਸਾਇਲ ਵਿੱਚ ਖਾਸ ਤੌਰ 'ਤੇ ਵੱਧ ਚੜ੍ਹ ਕੇ ਹਿੱਸਾ ਕਹਿੰਦੇ ਨੇ ਮਸਾਇਲ ਦੇ ਹੱਲ ਵਿੱਚ ਮਸਾਇਲ ਵਿੱਚ ਤਾਂ ਬਹੁਤ ਸਾਰੇ ਲੋਕ ਹੋਰ ਵੀ ਹਿੱਸਾ ਕਹਿੰਦੇ ਨੇ ਲੇਕਿਨ ਇਹ ਹੱਲ ਵਿੱਚ ਹਿੱਸਾ ਕਹਿੰਦੇ ਨੇ ਕਿਆ ਹਾਲ ਹੈ ਜੀ ਬਿਲਕੁਲ ਠੀਕ ਠਾਕ ਜੀ ਅੱਲਾ ਦਾ ਕਰਮ ਤੁਸੀਂ ਥੱਕੇ ਹੋ ਸੁਬਾ ਦੇ ਬਸ ਅੱਲਾ ਦਾ ਅਹਿਸਾਨ ਹੈ ਤੁਸਾਂ ਦੀਆਂ ਬਾਬਤਾਂ ਹੀ ਆ ਤੁਸੀਂ ਇਹ ਪ੍ਰੋਗਰਾਮ ਤਾਂ ਤੁਸਾਂ ਬਹੁਤ ਪਹਿਲੇ ਕਰਨਾ ਚਾਹੀਦੇ ਆ ਲੇਕਿਨ ਮੈਂ ਅੱਜ ਫਿਰ ਵੀ ਤੁਸਾਂ ਦੀ ਜਿਤਨੀ ਟੀਮ ਵੀ ਇੱਥੇ ਆਈ ਹੈ ਸੁਬਹ ਦੀ ਇੱਥੇ ਆਈ ਦੀ ਹੈ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਹਾਂ ਕਿ ਕਮ ਅਜ਼ ਕਮ ਸਾਡੇ ਬਾਂਡੇ ਦੇ ਹਵਾਲੇ ਨਾਲ ਵੀ ਥੋੜ੍ਹਾ ਜਿਹਾ ਰੁਸ਼ਨਾਸ ਕਰਾ ਸੋ ਲੋਕਾਂ ਕਿ ਦੇਖੋ ਤੁਸੀਂ ਕਿੰਨਾ ਖੂਬਸੂਰਤ ਗ੍ਰਾਮ ਹੈ ਇਸ ਗ੍ਰਾਮ ਦੇ ਲੋਕ ਬੜੇ ਖੂਬਸੂਰਤ ਹਨ ਇੱਕ ਮੁੱਠੀ ਇੱਕ ਜਾਨ ਹਨ ਗੋ ਕਿ ਸਾਰੀਆਂ ਬਰਾਦਰੀਆਂ ਲਹਿਦਾ ਲਹਿਦਾ ਹਨ ਲੇਕਿਨ ਇੱਥੋਂ ਜਿਸ ਲਈ ਅਸੀਂ ਐਪਟਬਾਦ ਜੁਲਦੇ ਹਾਂ ਤਾਂ ਅਸਾਂ ਦੀ ਇੱਕ ਬਰਾਦਰੀ ਉਹ ਜੁਲਦੀ ਹੈ ਸਾਰੇ ਮਾਮਲਾਤ ਦੇ ਯਕਜਾ ਅਸੀਂ ਉਹ ਜੁਲਦੇ ਹਾਂ ਲੇਕਿਨ ਇੱਥੇ ਬੜਾ ਫੁਕਦਾਨ ਹੈ ਮਲਿਕ ਜ਼ਹੀਰ ਬਹੁਤ ਸਾਰੀਆਂ ਚੀਜ਼ਾਂ ਤੋਂ ਅਸੀਂ ਮਲਿਕ ਜ਼ਹੀਰ ਅਵਾਨ ਬੈਠੇ ਦੇ ਹੁਣ ਚਲੇ ਗਏ ਉਹਨਾਂ ਦੀ ਗੱਲ ਬੜੀ ਮਾਸ਼ੀ ਲੱਗੀ ਕਿਸੇ ਜਾਈ ਬਾਹਰ ਕਿਸੇ ਜਾਈ ਨਾਲ ਗੱਲ ਕੀਤੀ ਉਹਨਾਂ ਆਖਿਆ ਉਹ ਅਸਾਂ ਦੇ ਕਦੇ ਇਖਤਲਾਫਾਤ ਨੇ ਨਾ ਅਤੇ ਬਲੋਚੀ ਸ਼ਾਦੀ ਹਾਲ ਤੋਂ ਪਰੇ ਨੇ ਉਸ ਤੋਂ ਉਰੇ ਅਸੀਂ ਸਾਰਾ ਅਸਾਂ ਦਾ ਕੋਈ ਇਖਤਲਾਫ ਨਹੀਂ ਨੇ ਅਸਾਂ ਦੀ ਕੋਈ ਹੋਰ ਬਰਾਦਰੀ ਨਹੀਂ ਨੇ ਬਣਾ ਫੁਗਵਾੜੀਆਂ ਇੱਕ ਬਰਾਦਰੀ ਹੈ ਬੜਾ ਦਿਲ ਖੁਸ਼ ਹੋਇਆ ਮਲਿਕ ਸਾਹਿਬ ਤੁਸਾਂ ਦੱਸਾਂ ਕਿ ਮੈਂ ਵਕਾਲਤ ਦੇ ਪੇਸ਼ੇ ਨਾਲ ਮੁਨਸਲਿਕ ਹਾਂ ਮੇਰੇ ਬਹੁਤ ਸਾਰੇ ਦੋਸਤਾਂ ਨੇ ਪਤਾ ਹੈ ਕਿਉਂ ਮੈਂ ਆਖਦੀ ਯਾਰ ਤੂੰ ਬੜੀ ਸ਼ਰੀਫ ਜ਼ਿੰਦਗੀ ਗੁਜ਼ਾਰਨਾ ਮੈਂ ਸਿਰਫ ਸ਼ਰੀਫ ਮੈਂ ਇੱਥੇ ਹੀ ਆਵਾਂ ਨੇ ਮੈਂ ਇਸ ਕਰਕੇ ਸ਼ਰੀਫ ਜ਼ਿੰਦਗੀ ਗੁਜ਼ਾਰਨਾ ਕਿ ਅਗਰ ਖੁਦਾ ਨਾ ਹਾਸਾ ਮੇਰੇ ਨਾਲ ਕਿਸੇ ਦਾ ਤਨਾਜ਼ਾ ਹੋ ਜੁਲਦਾ ਹੈ ਜਾਂ ਕੋਈ ਤਣਾਓ ਪੈਦਾ ਹੋ ਜੁਲਦਾ ਹੈ ਅਤੇ ਬਾਂਡਾ ਫਗਵਾੜੀਆਂ ਦਾ ਬੰਦਾ ਇਹਨਾਂ ਦੇਖ ਸੀ ਆਹਵਾਨ ਹੈ ਉੱਥੇ ਦਾ ਜਦੂਨ ਉੱਥੇ ਦਾ ਸਰਦਾਰ ਉੱਥੇ ਦਾ ਰਾਜਾ ਜਿਤਨੀਆਂ ਅਕਵਾਮ ਵੀ ਹਨ ਉਹ ਆਸਣ ਅਤੇ ਸ਼ਹੀਦਾਂ ਨੂੰ ਆਪਣਾ ਨਾਂ ਲਿਖਾ ਸੁਣ ਕਿ ਬਈ ਮੈਂ ਪਹਿਲੇ ਕੋਈ ਵਾਰ ਕਰਕੇ ਨਾ ਚਾਹੇ ਮੇਰੇ ਨਾਲ ਖਫਾ ਜਾਂ ਖੁਸ਼ ਹੈ ਬਲੋਚੀ ਹਾਲ ਤੋਂ ਪਿੱਛੇ ਕੁਛ ਵੀ ਆਇਆ ਮੇਰੇ ਨਾਲ ਉਹ ਭਾਵੇਂ ਮੇਰੇ ਨਾਲ ਨਾ ਗੱਲ ਕਰ ਸੀ ਲੇਕਿਨ ਐਪਟਾਬਾਦ ਵਿੱਚ ਉਹ ਆਪਣਾ ਇੱਕ ਯਾਦ ਕਰਕੇ ਜੇ ਅਸੀਂ ਅਸਾਂ ਯਾਦ ਆਖਦੇ ਹਾਂ ਕਿ ਫਾਰ ਐਗਜ਼ਾਮਪਲ ਮੈਂ ਪਤਾ ਲੱਗਦਾ ਤੁਸੀਂ ਇਸ ਗ੍ਰਾਂ ਦਿਓ ਰੰਗਜ਼ੇਬ ਸਾਹਿਬ ਦਾ ਖੁਦਾ ਨਾ ਖਾਸਾ ਕਿਤੇ ਤਨਾਜ਼ਾ ਹੋ ਗਿਆ ਮੇਰੀ ਤੁਸਾਂ ਨਾਲ ਖਫ ਕੀ ਹੈ ਲੇਕਿਨ ਮੈਂ ਜੁਲਸਾਂ ਤੁਸਾਂ ਦੇ ਸਿਰ ਤੋਂ ਮਰਸਾਂ ਮਾਰਸਾਂ ਹਸਪੀਟਲ ਪਹੁੰਚਾਂ ਅਦਾਲਤ ਪਹੁੰਚਾਂ ਹਰ ਜਗ੍ਹਾ 'ਤੇ ਪਹੁੰਚਾਂ ਭਾਵੇਂ ਮੈਂ ਤੁਸਾਂ ਲੇਕਿਨ ਮੈਂ ਆਪਣਾ ਵਾਪਸ ਆ ਜੁਲਸਾਂ ਅਸਾਂ ਦੀ ਯੂਨਿਟੀ ਜਿਹੜੀ ਹੈ ਨਾ ਅੱਲਾ ਦਾ ਕਰੋ ਮੈਂ ਅੱਲਾ ਦਾ ਸ਼ੁਕਰ ਹੈ ਇੱਕ ਹੋਰ ਗੱਲਾਂ ਤੇ ਭੋਲਿਆ ਜੀ ਜੀ ਅਮਜਦ ਨਿਕਿਆ ਮੇਰੇ ਕੋਲੋਂ ਨਾ ਤੇ ਅਮਜਦ ਸੇ ਪੜਦਾ ਆ ਤੇ ਅਮਜਦ ਸਾਡੇ ਗ੍ਰਾਂ ਦਾ ਬਾਂਕਾ ਤਰੀਨ ਸਟੂਡੈਂਟ ਹੁੰਦਾ ਆ ਉਹ ਅੰਦਾਜ਼ਾ ਲੱਗ ਗਿਆ ਜਿਹੜੇ ਵਕਾਲਤ ਵਿੱਚ ਗਏ ਨਾ ਵਕਾਲਤ ਵਿੱਚ ਅਜੀ ਲੋਕ ਚਲਦੇ ਨਹੀਂ ਦੱਸਣਾ ਨਾ ਵਕਾਲਤ ਘਰ ਮੇ ਵੀ ਪੜੀ ਹੈ ਲੇਕਿਨ ਜਿਹੜੀ ਗੱਲ ਦੱਸਣਾ ਤੁਸਾਂ ਕਾਲਜ ਦੌਰ ਵਾਲੀ ਜਾਂ ਉਸ ਤੋਂ ਪਹਿਲੇ ਵਾਲੀ ਅਸੀਂ ਵੀ ਕਾਲਜ ਵਿੱਚ ਪਤਲੂਨਾ ਲਾਉਂਦੇ ਰਹੇ ਹਾਂ ਲੇਕਿਨ ਗ੍ਰਾਂ ਵਿੱਚੋਂ ਸ਼ਰਮਾ ਕੇ ਹੀ ਨਿਕਲਨੇ ਆ ਲੇਕਿਨ ਇਹ ਜਿਹਾ ਬਾਂਕਾ ਆ ਉਹ ਨਹੀਂ ਆਖਦੇ ਹੁੰਦੇ ਕਿ ਮੇਰੇ ਮਾਈਏ ਦਾ ਕਾਲਾ ਕੋਟ ਅਤੇ ਗਲੀ ਵਿੱਚੋਂ ਲੱਗ ਜੁਲਦਾ ਸੜ ਜਾਂਦਾ ਸਾਰਾ ਲੋਕ ਹੁਣ ਮੈਂ ਸਾਰੇ ਮਾਈ ਦੇ ਨਾ ਗਾਗ ਦਾ ਪੂਰਾ ਕਰਿਆ ਕਰਨਾ ਪਰ ਜੀ ਅਮਜਦ ਦਾ ਜਸਦਾ ਉਸਨੇ ਜ਼ਾਰੇ ਨਾ ਮਾਸ਼ਾਅੱਲਾ ਮਾਸ਼ਾਅੱਲਾ ਪੈਂਟ ਲਾ ਕੇ ਨਿਕਲਦੇ ਆਸੇ ਕੁਛ ਕੁੱਤੀ ਸ਼ੂਤੀ ਸੋਣ ਕੁਛ ਕੁੱਤੇ ਦੇ ਪੈਂਟਾਂ ਪਿਛਾ ਤਾਂ ਮੁਝ ਲੱਗ ਜਾਂਦੇ ਬਸ ਬਚਾ ਕੇ ਲੰਘਦੇ ਰਹੇ ਆ ਬੈਰ ਕੇਫ ਜੀ ਇਹ ਸਾਰੀ ਕੰਟਰੀਬਿਊਸ਼ਨ ਮਲਿਕ ਮੁਹੱਬਤ ਅਵਾਨ ਸਾਹਿਬ ਦੀ ਹੈ ਕਿ ਉਸ ਉਹਨਾਂ ਨੇ ਸਾਰੇ ਇਸ ਗ੍ਰਾਂ ਜੋੜਿਆ ਗਾਇਬ ਗਾਇਬ ਤਾਂ ਅਸੀਂ ਜੁੜਦੇ ਹੀ ਰਹੇ ਹਾਂ ਤੁਸਾਂ ਨਾਲ ਬਾਬਰ ਅਲੀ ਬੈਠੇ ਸਨ ਜੀ ਪੇਸ਼ੇ ਦੇ ਲਿਹਾਜ਼ ਨਾਲ ਵਕੀਲ ਮੇਰੇ ਛੋਟੇ ਭਰਾ ਜੀ ਬਿਲਕੁਲ ਡਾਕਟਰ ਪਰ ਆ ਗਿਆ ਵਕੀਲ ਆ ਗਿਆ ਉਹ ਆਪਣੀ ਗਿਣ ਕੇ ਦਲੀਲ ਆ ਗਿਆ ਜੀ ਬਾਬਰ ਜੀ ਬਾਬਰ ਤਾਂ ਸਾਡੇ ਹੱਥਾਂ ਵਿੱਚ ਬੜਾ ਹੋਇਆ ਨਿਕਲ ਜਾ ਮਾਸ਼ਾਅੱਲਾ ਔਰ ਦਿਲ ਖੁਸ਼ ਹੁੰਦਾ ਬਾਬਰ ਨੂੰ ਦੇਖ ਕੇ ਅਤੇ ਬਾਬਰ ਦੀ ਪਰਸਨੈਲਿਟੀ ਵੀ ਮਾਸ਼ਾਅੱਲਾ ਬੜੀ ਜ਼ਬਰਦਸਤ ਹੈ ਔਰ ਖਾਸ ਤੌਰ 'ਤੇ ਕਾਲਾਕੋਟ ਸਜਦਾ ਵੀ ਬੜਾ ਬਾਬਰ ਮੈਂ ਇਹ ਗੱਲ ਦੱਸੋ ਤੁਸੀਂ ਬਾਰਟ ਲਾ ਕੀਤਾ ਜਾਂ LLB ਕੀਤਾ ਜੀ LLB ਤਾਂ ਇੱਥੋਂ ਪਾਕਿਸਤਾਨ ਵਿੱਚੋਂ ਫਿਰ ਬਾਰਟ ਲਾ ਕੀਤਾ ਨਹੀਂ ਬਾਰਟ ਲਾ ਨਹੀਂ ਕੀਤਾ ਜੀ PGD ਕੀਤੀ ਜੀ ਪੋਸਟ ਗ੍ਰੈਜੂਏਟ ਡਿਪਲੋਮਾ ਅੱਛਾ ਡਿਪਲੋਮਾ ਕੀਤਾ ਡਿਪਲੋਮਾ ਇੰਗਲੈਂਡ ਤੋਂ ਜੀ ਇੰਗਲੈਂਡ ਤੋਂ ਕੀਤਾ ਅੱਛਾ ਮਾਸ਼ਾਅੱਲਾ ਅੱਛੀ ਪ੍ਰੈਕਟਿਸ ਚੱਲਦੀ ਹੈ ਜੀ ਸ਼ੁਕਰ ਅੱਲਾ ਪਾਕ ਤੇ ਜੀ ਅਲਹਮਦੁਲਿਲਾ ਅਲਹਮਦੁਲਿਲਾ ਸਾਡੀ ਤੇ ਰੋਜ਼ੀ ਇਹ ਜੀ ਹੈ ਕਿ ਲੋਕ ਤਰ੍ਹਾਂ ਚੀਜ਼ਾਂ ਕੋਲੋਂ ਪਨਾਹ ਮੰਗਦੇ ਨੇ ਯਾਰਾ ਕਿ ਥਾਣੇ ਔਰ ਹਸਪਤਾਲਾਂ ਔਰ ਕਚਹਿਰੀਆਂ ਨਾ ਜੁਲਣਾ ਪਵੇ ਸੜੀ ਰੋਜ਼ੀ ਤੇ ਉੱਥੇ ਜੁੜੀ ਦੀ ਦਵਾਈ ਵਿੱਚ ਚੀਜ਼ਾਂ ਸ਼ਾਮਿਲ ਹੁੰਦੀਆਂ ਜੀ ਅੱਲਾ ਹਸਪਤਾਲਾਂ ਕਚਹਿਰੀਆਂ ਤੇ ਥਾਣਿਆਂ ਕੋਲੋਂ ਮਹਿਫੂਜ਼ ਰੱਖੀ ਤੇ ਤੁਸੀਂ ਆਪਣਾ ਰਵੱਈਆ ਠੀਕ ਕਰੋ ਨਾ ਗੱਲ ਸੁਣੋ ਜਦੋਂ ਇਹਨਾਂ ਕੋਲ ਦੀਵਾਨੀ ਕੇਸ ਥਾਂਦੇ ਤੇ ਆਪਣੇ ਪੋਤਰੇ ਵੀ ਆਖਾ ਕਹਿੰਦੇ ਨੇ ਬੱਚਾ ਬੇਗਮ ਹੋ ਚਲੋ ਇਨਸ਼ਾਅੱਲਾ ਜਣਾ ਸਕਦਾ ਕਿ ਤੁਸੀਂ ਕਿ ਦੀਵਾਨੀ ਕਰਦੇ ਹੋ ਜਾਂ ਨਹੀਂ ਜੀ ਮੈਂ ਫੌਜਦਾਰੀ ਕ੍ਰਿਮੀਨਲ ਪ੍ਰੈਕਟਿਸ ਕਰਨਾ ਜੀ ਦੀਵਾਨੀ ਇਹ ਮੇਰੇ ਸੀਨੀਅਰ ਮੋਹਤਰਮ ਇਹ ਦੀਵਾਨੀ ਪ੍ਰੈਕਟਿਸ ਕਰ ਠੀਕ ਹੈ ਬਾਬਰ ਸਾਹਿਬ ਐ ਬਿਲਕੁਲ ਚੰਦ ਦਿਨ ਪਹਿਲੇ ਰੀਸੈਂਟਲੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਾਨੂੰਨ ਬਣਾ ਛੋੜਿਆ ਕਿ ਦੀਵਾਨੀ ਕੇਸ ਕੋਈ ਵੀ ਆਵੇ ਭਾਵੇਂ ਕੰਪਲੀਕੇਟਡ ਹੈ ਜਾਂ ਸ਼ਾਰਟ ਟਰਮ ਹੈ ਉਸ ਵਿਦਿਨ ਦੋ ਸਾਲ ਦੇ ਅੰਦਰ ਉਸ
تے اس پہ بالکل سپریم کورٹ تے یہ کمات ان کے نا جلد از جلد تبلا تبلا نا یہ بھی سنیا کہ روزانہ چیف جسٹس صاحب روزانہ دی رپورٹ کن دن جی ہن اس طرح کے سڑیاں عدالتاں کنیکٹ ہو گئیں سینٹر نال اور ڈیلی بیسس تے ویکلی بیسس تے سڑی رپورٹنگ ہوندی ہے اتھے اسلام آباد کیپیٹل پہ جلدی ہے جی سینٹر ہے جی ساری چلو جی بہت شکریہ بابر اللہ تساں کامیاب کرے شکریہ بہت شکریہ اس طرح کے تساں سارے دا تساں نال جڑی ٹیکنیکل سٹاف ہے پولا پولا پا جی ماما ہزور ہوں پروڈیوسر رائٹر ڈائریکٹر جتنے بھی ہیں سارے بڑا پگواڑیاں سارے دی طرفوں تساں ویلکم اور دعا تساں دے کے ٹو مینجمنٹ آ میں یہ گل دساں کہ تسی جڑے کاشف ملک سڑے بڑے بھرا سڑی انسپائرنگ ہوں جی ساری جوانا واسطے تسی انسپائرنگ ہو اساں دا فخر غرور بھی ہے او کتا جوان نو خدا دا واسطے ہی ہو جڑے دے پوترا انہاں دے نال دے بوٹے وی نہیں دے دی قسم خدا دی او گل جڑی کتوں سمجھ نہیں آئی اساں اس انسپائرنگ دا مطلب ہی نہیں آندا بس تسی گل کرو او بھی سوک کے بوک کے لوکاں پکائے سار سور کے دے چلو جی بڑی مہربانی جی تساں پھولے تیری مہربانی تساں دی مہربانی اوپر ایک اور صاحب بیٹھے تے جناب وہ بھی سارے گرائیں بچ آئے تھے گل نہ کی تھی پھر آپ سن جی راجہ منیر صاحب جی سو کالڈ جرنلسٹ نہ میرا سنگھی ہے نا جی انگریزی بولنا نہ مامی کرے تھوڑی تھوڑی اس نے سمجھ آئی تو سمجھا چھوڑا راجہ صاحب کیسا لگتا ہے جی اج بڑا فگواڑیاں بچا کے آدھے تو رہتے ہو جی بسم اللہ الرحمن الرحیم بڑا فگواڑیاں جی اکثر آنا ہوتا میرا سیاسی حوالے نال بھی آنا ہوتا ویسے بھی کچھ لوگوں نال دوستیاں بھی ہیں حاجی بابا وان صاحب نال بڑی خصوصی قربت ہے اس وجہ تو بھی اکثر آنا پہ رہتا ہے تو تسی بھی اس گاؤں گراں دے جڑے نا بڑے خوبصورت انسان ہو کہ جنہاں سنے اس گراں واسطے بلکہ اس گراں وچ بہت سارے خوبصورت ستارے جو موجود ہیں چلو جی بڑی مہربانی تساں دی کسی شکیل اوان صاحب آئے دن کیا حال ہے جی ٹھیک ہو الحمد للہ ٹھیک ٹھاک ماشاء اللہ ڈیڈی نال پیار ہے تو مطلب اج تسی پھر آ رہے ہو اتھے اتھوں ہری پور بھی گئے ہو ڈیڈی نال اور تساں نال اچھا میرے نال پیار ہے تساں پیچھے پھر تے پھردا میں ہری پور گیا اچھا میرے پیچھے ڈیڈی دے بارے نال کیا آسو بہت اچھا پروگرام ہے اور رمیل اوان تے رمیز اوان کون آئے دا نال دیکھو میں نام یاد ہوں شکریہ شکیل اوان صاحب بڑی مہربانی جناب اور میں تساں شروع وچ آکھیا جی کہ جس ڈیڈی پہ بیٹھے تھے حاجی ملک محبت اوان صاحب دی ڈیڈی ہے لیکن انہاں دے جڑے صاحبزادے جنہاں اس ڈیڈی دا آر کیتا اور جناب لگے دن وہ کلے تو پیچھے لگے دن اس ڈیڈی دا آر کرنے ہیں پہلے بڑے جناب ملک علی اوان ساڈے نال بیٹھے تھے تھوڑی جی گل انہاں نال کر کے علی سارا تو پہلے تو شکریہ کہ یقیناً اتنا کام کدے نہ کیتا اسی جتنا اس واری کیتا ہے ایک مبارک بھی چاہ کے نو کہ تسی ہزارہ ڈویژن دے آرگنائزنگ سیکرٹری یوتھ تے بنے ہو پی ایم ایل این دے نہیں مسلم لیگ نون ڈسٹرکٹ کیپٹ آباد اچھا ڈسٹرکٹ کیپٹ آباد دے آرگنائزنگ سیکرٹری بنے ہو چیف آرگنائزر مبارک ہوئے تسا خیر مبارک تے تسا یقیناً ڈیڈی دے بارے وچ اتنی زیادہ معلومات نہیں ہیں اج کیسا لگیا سارا کچھ بہت اچھا لگیا بہت اچھا پروگرام ہے میں سب تو پہلے کاشف بھائی تسا دا اور تسا دی ٹیم دا سواتی مامے دا پولے پا جی دا ٹیکنیکل سٹاف دا اور جتنے مہمان آئے دن بانا پھگواڑیاں تو اور باہر تو جتنے بھی لوگ آئے دن انہاں سارا دا میں شکریہ ادا کرنا بہت شکریہ بڑی مہربانی تے کوئی یوتھ ہاں کوئی پیغام دے سو انشاءاللہ جی اساں جڑا ماں یہ عہدہ ملے انشاءاللہ اسی پوری یوتھ ہاں ری آرگنائز کرساں اور کسی بھی جماعت پہ جڑی یوتھ ہے ریڑھ دی ہڈی دی حیثیت رکھتی ہے تے انشاءاللہ اسی ری آرگنائز کر کے دساں بہت شکریہ جی بڑی مہربانی جناب ملک حسن علی جی ملک حسن نہ میں زیادہ نہ سیاحتا ہے کیونکہ مجھے نہیں پتا ہے میرا ایسا جہاں تعارف ہوا ہے وہ تو دس چڑھا ملک کو گڈی ہی ملک حسن بیچنا چاہتے اس گڈی ماں کہ پتہ لگا کہ بھائی یہ گڈی فلان سکول دا مالک ہے تو اس کو گڈی ہے تو میں چلا گیا گڈی کھنے اتنے میں بیٹھا تو میں نہ آخیا تو میرے نہ اردو بول دے میں بھی اردو بولتا رہا گڈی کی اصل قیمت شیمت لائی جان سا جی زیادہ قیمت ہے نہ میں دسی اس کے بعد میں آخیا جی تھی ہے کتنے دے آخر جی بڑا پگواڑیاں میں کہ بڑا پگواڑیاں دے ہاں جی بڑا پگواڑیاں کس سے بیٹے ہو آخر جی ملک محبت اوان کا بیٹا اچھا میں خیر اچھا میری گل کرا پل میں مانی سیاح آخر جی تو سیاح کا پھر خیر ملک صاحب نال گل ہوئی تو ملک صاحب دا او بھی گریٹنیس ہے کہ ملک صاحب اپنے پوترے گل آخی یار گڈی چاہ دے
ते पैसों की कोई गल ना करी, बस जो कुछ भेजे वास्ते चाह कंसर ना भेजे वास्ते ना दी, ते मैं भी सारे भेजे ने लेकिन वे के मेरे नाल कोई जा पता लग गया गाड़ी तो सारी आवनी नहीं मलक साहब बहरहाल जी मेरा तारुफ होया फिर हसन नाल, उस तो बाद जाहिर एक करीब का साड़ा रिश्ता है, तो ये चूंकि निके तो ये रहते हैं मैरे उत्ते, तो मैं रहना बटंगा के बांडे परले पास जाहिर बना पकौड़ियाँ दो कोने बनते हैं, तो इस वास्ते नहीं तो हूँ तारुफ हो गया। कैसा कैसा लगता है? माशाल्लाह जी बहुत अच्छा लगा वे तुसी लोग स्पेशली के टू की टीम टेक्निकल सपोर्ट टीम सारा में खुश आमदेद आखसा बना पकवाड़िया बेच, बाकी जो मेहमान बाहरों आए दिन उन्हें भी खुश आमदेद आखसा, तो मैं पहली दफा प्रोग्राम देखना वा पहले कहता इस पहले देखा भी नहीं कदम मैं आइडिया नहीं आया टीवी पर देख सो ना टीवी ते मतलब इस प्रोग्राम तो यह समझ आई कि हजारे की ट्रेडिशन तुसी शो दसते हो लोगों पूरी दुनिया ऑन एयर होंगी है, पूरी दुनिया देखती है असली ट्रेडिशन साडे कल्चर आ, ते बहुत अच्छा लगता वे तुसी इस चीज़ा मजीद और प्रमोट करो इंशाल्लाह असी भी इस प्रोग्राम देख सा। ते बाकी एक जो गड्डी वाली गल गड्डी में जो भी देखना मैं गड्डी मेरी खलती बाहर तुसानी गड्डी है जी बिल्कुल नहीं बांडा हम लोग बांडा फगवाड़िया आले ते बांडा बटंगा आले ए आपना बटंगा दा ना किंदो ना कई बारी बड़ी कोफत होंदी है बहरहाल बटंगा में ते फगवाड़ा में तुसी खुद कफील हो थाल पर है इधरों तुसी बटंगा नाल हो इधरों थाल पर है फगवाड़ा ने खड़ो गल सुनो यही गल है जी एंजॉय कीता असा थोड़ी सर में गल करसा नौजवान तबका जेड़ा सड़े ग्रहण दा उस बारे बिच जिहड़ा असी मतलब टीनएज बजट तो असी होने तो असा को छोटा जिहा ग्राउंड एक होंदा आ मतलब इतने बना फगवाड़िया बिच हॉकी प्लेयर भी आए फुटबॉलर भी आए तो मैं कोर गल भी दसा कि इतने क्रिकेटर भी बहुत अच्छे क्रिकेटर भी अच्छा बहुत अच्छा इतने टैलेंट क्रिकेट बल्कि जी फेम अजकल कैनेडा बिच होंदा है फेम इतना स्टाइलिश क्रिकेटर साढ़े पूरे डिस्ट्रिक्ट में कोई नहीं है लेकिन असो रोजगार का सिलसिला जहाँ होंगे कि रोजी असो बेचारा कैनेडा बिच चला गया अमरीका भी गया फिर कैनेडा बिच फेम बड़ा कमाल का क्रिकेट खेलता है और भी खेलते लेकिन फेम स्टाइलिश क्रिकेटर हूँ सर यह मसला है कि असा को ग्राउंड भी नहीं जो असा को ओलंपियन भी रहे बाकी फुटबॉलर भी रहे मतलब असंधी हूँ यह चीज़ तुम देखो कि रुक गई है अगर नहीं बढ़ी इसकी एक वजह कह इस उत्ते भी सोचना चाहिए जो असने पुराने बुजुर्ग लोग हैं कि अपने समय उत्ते अच्छे फुटबॉलर रहे बाकी हूँ फुटबॉलर क्यों नहीं टैलेंट तो ही है वे लोग कौन भी हो जाओ लेकिन अभी थोड़ा ग्राउंड ऐसा फैसिलिटीज की जरूरत है इसमें थोड़ा उजागर किया जाए गल मलकोटे ही नहीं मलकोटे गल ये है कि हूँ लोग हो गए फेसबुक ही बीमार जी रात को फेसबुक ही चलाने रात में कि सुबह में गिटिया में सही नहीं था नींदी ना लो के बटवार के नहीं ग्राउंड ग्राउंड हो गए वो खेड़ सुन उन्हें जल्दी उन्हें जल्दी नींद सी भुख भी लग सी सह के जल्दी से जल्दी सुनो तो वो फिर टेक्नोलॉजी इस्तेमाल ना कर सो टेक्नोलॉजी भी असानी बड़ी खराब की है लेकिन असा कोई ग्राउंड भी नहीं ना तो उसमें करसा फेसबुक देखसा व्हाट्सएप कर देखसा मोबाइल देखसा गला में सुनी पूरी पाक ने बहुत बड़ा स्कूल पे चलांदा निका जा बच्चा ना उसन दे बहुत बड़ा इदारा चलांदा और से स्टाफ भी है और बच्चे भी हैं असन बहुत शुक्रिया बड़ी मेहरबानी उसने गल की मेरे सामने मेरे दो निके भरा बैठे दे जनाब ते तुसा ए वैरायटी बण फुगाड़ियां बिच नजर आसी माशाल्लाह ब्याह शाह साडे ग्राम पे कोई भी होवे ब्याह शाह ग्राम पे कोई इना जरा काटा खै जुलदा कि क्यों काटा खै जुलदा मैं पूछना जी राजा अख्तर साडे कोल बैठे राजा साहब क्या हाल है जी अलहमदुल्ला जी अस्सलाम वालेकुम मलक काशिफ साहब ठीक हो अलहमदुल्ला अच्छा तुसी एक ते माशाल्लाह मैं पता है खाने पीने वाला काम इस तो अलावा क्या करते हो मैं काम कारोबार भी करने हैं बाकी मामलात करने अच्छा बाकी मामलात जी जी जिंदगी में कैसा लगा डेडी पे बैठ के बहुत अच्छा लगा जी बहुत अच्छा लगा अच्छा दो एक बार ही ना से भाई पजुल सी खैर गल सुनो असी ते देखने दे शेर है ना तुसी ते खाने दे ठीक है ਕਿੰਨੀ ਵਾਰੀ ਅਸਾਂ ਨਾਲ ਵਿਆਹਾਂ 'ਤੇ ਬੈਠੇ ਹੋ ਮਾਸ਼ਾ ਅੱਲਾਹ ਤੁਸੀਂ ਆਖਿਆ ਤੂੰ ਚੁੱਕਦਾ ਰਹੀਂ ਅਤੇ ਮੈਂ ਖਾਸਾਂ ਸਹੀ ਨਜ਼ਰ ਆ ਜਾਂਦਾ ਖਾਧੇ ਦਾ ਵੀ ਨਜ਼ਰ ਆ ਜਾਂਦਾ ਚੁੱਕੇ ਦਾ ਅੱਜ ਤਾਂ ਆਪਣੇ ਗ੍ਰਾਹੀਆਂ ਸ਼ਬੀਰ ਸਾਹਿਬ ਅੱਜ ਕਾਸ਼ਿਫ ਭਾਈ ਦੇ ਆਪਣੇ ਗ੍ਰਾਹੀਆਂ ਸੁਣੇ ਗਲਾਂ ਦਾ ਇਕਰਾਰ ਕਰ ਛੋੜੇ ਯਾਰ ਕਿ ਅਸੀਂ ਹੀ ਬਦਨਾਮ ਹੋਈ ਦੇ ਖਾਂਦੇ ਪੀਂਦੇ ਦੇਖ ਕੇ ਨਾ ਸਾਥੀ ਮਾਮਾ ਸਾਡਾ ਬਦਨਾਮ ਕੀਤੇ ਦੇ ਜਣਾ ਅੱਜ ਦੇਖ ਲਓ ਨਾ ਮਾੜੇ ਮਾਸ਼ਾਅੱਲਾ ਕਿਹ ਜੇ ਸੁਣੇ ਫਰਾਈਆਂ ਨਾ ਸੁਣਾਏ ਅੱਛਾ ਆਖਰੀ ਇੱਕ ਤੁਸਾਂ ਕੋਲ ਗੱਲ ਪੁੱਛਾਂ ਫਿਰ ਮੈਂ ਅੱਜ ਸਾਹਿਬ ਕੋਲ ਪੈਗਾਮ ਕੇ ਇਨਸਾਨ ਫਿਰ ਜਾ ਜਾ ਸਾਂ ਜੀ ਜੀ ਤੇ ਮਤਲਬ ਅੱਜ ਦੀ ਡੇਡੀ ਸੋਹਣੀ ਲੱਗੀ ਬਹੁਤ ਸੋਹਣੀ ਲੱਗੀ ਜੀ ਅੱਛਾ ਬਹੁਤ ਪਹਿਲੇ ਹੋਣੀ ਚਾਹੀਦੀ ਪਰ ਚਲੋ ਥੋੜੀ ਲੇਟ ਹੋ ਗਈ ਬਹੁਤ ਸੋਹਣੀ ਲੱਗੀ ਅਬਦੁਲ ਖਾਲਕ ਕਾ ਜੀ ਮਾਸ਼ਾਅੱਲਾ ਮੈਨੂੰ ਪਤਾ ਨਹੀਂ ਕੀ ਗੱਲ ਲੱਗਦੀ ਹੈ ਤੁਸੀਂ ਤਵੇਂ ਹੈਗੀ ਜੇ ਲੱਗਦੇ ਆ ਗੱਲ ਸੁਣ ਲੱਗਦਾ ਇਹ ਹੈ ਕਿ ਤੁਸੀਂ ਵੀ ਰਹਿੰਦੇ ਹੋ ਤਵੇਂ ਵੀ ਰਹਿੰਦੇ ਪਤਾ ਤਾਂ ਇਹ ਗੱਲ ਕਿਸ ਦਾ ਛੋੜੀ ਹੈ ਦੇਖੋ ਜੀ ਦਿਲ ਸੀ ਦਿਲ ਕੋ ਬਸ ਮਾਇਆ ਵੀ ਨਹੀਂ ਗਾਇਆ ਜਵੇਲ ਮਾਇਆ ਵੀ ਨਹੀਂ ਗਾਇਆ ਫਿਰ ਕਿਉਂ ਪਤਾ ਲੱਗ ਗਿਆ ਦਿਲ ਤਾਂ ਰਾਹ ਦੀ ਹੈ ਚਲੋ ਮੜ ਤਾਂ ਤੇ ਆਸੀਂ ਜਰਾ ਮੁਝਮੁਨੇ ਤੇ ਪਤਾ ਨਹੀਂ ਲੋਕਾਂ ਕੋ ਸ਼ੱਕ ਚੁਕਾਤੇ ਮਗਰ ਤੁਸੀਂ ਤਾਂ ਠੀਕ ਠਾਕ ਲੱਗਦੇ ਹੋ ਬਗੋ
ਨਹੀਂ ਰੰਡੇ ਨੋ ਮਤ ਤੇਰੇ ਨਾਲ ਉਹ ਵਿਆਹ ਨਹੀਂ ਉਹਨਾਂ ਦਾ ਹੋਇਆ ਤੇ ਫਿਰ ਉਹ ਪੋਤ ਹੋ ਗਏ ਨਾ ਕਰੋ ਹੋਰ ਕਿਸੇ ਨਹੀਂ ਦਿੱਤੀ ਵੈਸੇ ਮੈਂ ਪਹਿਲੇ ਵੀ ਗੱਲ ਕੀਤੀ ਅਤੇ ਮੈਂ ਫਿਰ ਕਰਨਾ ਕਿ ਕਦੇ ਆਦਮੀ ਇਸਤਤਾਤ ਹੋਵੇ ਤਾਂ ਦੂਆ ਵਿਆਹ ਜ਼ਰੂਰ ਕਰਨਾ ਚਾਹੀਦਾ ਔਰ ਖਾਸ ਤੌਰ 'ਤੇ ਜਿਨ੍ਹਾਂ ਦੇ ਘਰੋਂ ਫੋਤ ਹੋ ਜੁਲਣ ਉਹਨਾਂ ਵਿਆਹ ਜ਼ਰੂਰ ਕਰਨਾ ਚਾਹੀਦਾ ਕਿ ਇਨਸਾਨ ਦੀ ਬੀਵੀ ਉਸਦੀ ਜ਼ਰੂਰਤ ਹੁੰਦੀ ਹੈ ਗੱਪਸ਼ੱਪ ਆਪਣੀ ਜਾਈਏ ਲੇਕਿਨ ਬੀਵੀ ਇੱਕ ਮਰਦ ਦੀ ਜ਼ਰੂਰਤ ਹੈ ਔਰ ਮਰਦ ਵਾਸਤੇ ਬੀਵੀ ਔਰ ਬੀਵੀ ਵਾਸਤੇ ਉਸਦਾ ਸ਼ੋਰ ਇਹ ਲਾਜ਼ਮੀ ਚੀਜ਼ਾਂ ਪ੍ਰੋਗਰਾਮ ਦਾ ਪਹਿਲਾ ਮੁਕਤਾ ਜੁਲਦਾ ਜੀ ਅਤੇ ਜਿਨ੍ਹਾਂ ਦੀ ਡੇਢੀ ਵਿੱਚ ਆਏ ਦੇ ਇੱਕ ਨਿੱਕਾ ਜਿਹਾ ਪੈਗਾਮ ਕਿੰਨੇ ਆ ਅੱਜ ਸਭ ਕੇ ਪੈਗਾਮ ਦੱਸੋ ਮੈਂ ਸਭ ਤੋਂ ਪਹਿਲਾਂ ਜੀ ਕੇ2 ਟੀ ਵੀ ਵਾਲੇ ਤੁਸਾਂ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਮਸ਼ਹੂਰ ਹਾਂ ਤੁਸਾਂ ਨੇ ਅੱਜ ਅਸਾਂ ਟਾਈਮ ਦਿੱਤਾ ਔਰ ਸਾਡੇ ਗ੍ਰਾਹ ਹਾਂ ਤੁਸਾਂ ਪੂਰੀ ਦੁਨੀਆ 'ਤੇ ਮੁਤਾਰਫ ਕਰਾਉਣ ਵਾਸਤੇ ਆਪਣਾ ਕਿਰਦਾਰ ਅਦਾ ਕੀਤਾ ਔਰ ਉਸ ਤੋਂ ਬਾਅਦ ਮੈਂ ਆਪਣੇ ਗ੍ਰਾਹ ਵਾਲੇ ਲੋਕਾਂ ਜਿੰਨੇ ਵੀ ਮੇਰੇ ਭਰਾ ਆਏ ਦਿਨ ਇਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਵੀ ਇਹਨਾਂ ਬੁਲਾਉਂਦੇ ਹਾਂ ਵਿਚਾਰੇ ਪਹੁੰਚ ਆਉਂਦੇ ਨੇ ਅੱਜ ਆਪਣੇ ਗ੍ਰਾਹ ਦੀ ਕਾਜ਼ ਵਾਸਤੇ ਆਏ ਗ੍ਰਾਹ ਦਾ ਇਹਨਾਂ ਨਾਮ ਰੋਸ਼ਨ ਕੀਤਾ ਬਹਿਰਹਾਲ ਸਾਰਿਆਂ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਨਸ਼ਾਅੱਲਾ ਕੇ2 ਟੀ ਵੀ ਵਾਲਿਆਂ ਨਾਲ ਸਾਡਾ ਮੇਰਾ ਇਨਸ਼ਾਅੱਲਾ ਤਾਵਨ ਰਿਹਾ ਸੀ ਤੁਸਾਂ ਭਰਾਵਾਂ ਨਾਲ ਜਦੋਂ ਵੀ ਸਾਡੀ ਜ਼ਰੂਰਤ ਪੈ ਸੀ ਜਿੱਥੇ ਜ਼ਰੂਰਤ ਪੈ ਸੀ ਅਸੀਂ ਇਨਸ਼ਾਅੱਲਾ ਤੁਹਾਡੇ ਨਾਲ ਭਰਪੂਰ ਤਾਵਨ ਕਰਸਾਂ ਬਾਕੀ ਮੈਂ ਆਪਣੇ ਤਰਫੋਂ ਆਪਣੇ ਗ੍ਰਾਹ ਦੀ ਤਰਫੋਂ ਤੁਸਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਇੱਕ ਵਾਰੀ ਫਿਰ ਔਰ ਮੈਂ ਉਮੀਦ ਕਰਨਾ ਕਿ ਤੁਹਾਡੀ ਅਸੀਂ ਇਸ ਤਰ੍ਹਾਂ ਉਹ ਵੈਲਕਮ ਤਾਂ ਨਾ ਕਰਾਂ ਕਿ ਲੇਕਿਨ ਉਮੀਦ ਕਰਨਾ ਕਿ ਤੁਸੀਂ ਸਾਡੇ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਮਿਹਰਬਾਨੀ ਜਨਾਬ ਅੱਜ ਦੀ ਬਾਣਾ ਫਗਵਾੜੀਆਂ ਦੀ ਡੇਢੀ ਔਰ ਯਕੀਨਨ ਤੁਸਾਂ ਪਸੰਦ ਆਈ ਹੋਸੀ ਗ੍ਰਾਮ ਵੀ ਸਾਡਾ ਜ਼ਬਰਦਸਤ ਔਰ ਜ਼ਾਹਿਰ ਗ੍ਰਾਮ ਦੇ ਲੋਕਾਂ ਦੀਆਂ ਗੱਲਾਂ ਵੀ ਅੱਜ ਤੁਸਾਂ ਸੁਣੀਆਂ ਸੁਣ ਗੱਪਸ਼ੱਪ ਪੀ ਰਹੀ ਹੈ ਸਵਾਤੀ ਮਾਮੇ ਦੀ ਸ਼ਾਇਰੀ ਸਭ ਕੁਝ ਹੀ ਬਿਹਤਰੀਨ ਆ ਅਤੇ ਉਮੀਦ ਹੈ ਕਿ ਪ੍ਰੋਗਰਾਮ ਤੁਸਾਂ ਪਸੰਦ ਆਇਆ ਹੋਸੀ ਅਗਲੇ ਹਫ਼ਤੇ ਵਾਲੇ ਦਿਹਾੜੇ ਕਿਸੇ ਨਵੀਂ ਜਾਈ ਤੋਂ ਤੁਸਾਂ ਦੀ ਖਿਦਮਤ 'ਤੇ ਫਿਰ ਹਾਜ਼ਰ ਹੋ ਸਾਂ ਔਰ ਤੁਸਾਂ ਸਿਰਫ ਇਹ ਗੁਜ਼ਾਰਿਸ਼ ਆਖਰ 'ਤੇ ਫਿਰ ਕਰਸਾਂ ਕਿ ਤੁਸੀਂ ਆਪਣੇ ਇਲਾਕੇ ਵਿੱਚ ਬੁਲਾਉਣਾ ਚਾਹੁੰਦੇ ਹੋ ਸਕਰੀਨ 'ਤੇ ਇੱਕ ਨੰਬਰ ਤੁਹਾਡੇ ਸਾਹਮਣੇ ਆਉਂਦਾ ਪਿਆ ਇਸ ਨੰਬਰ 'ਤੇ ਕਾਲ ਕਰੋ ਸਾਡੇ ਮਾਰਕੀਟਿੰਗ ਡਿਪਾਰਟਮੈਂਟ ਨਾਲ ਰਾਬਤਾ ਕਰੋ ਅਤੇ ਅਸੀਂ ਤੁਸਾਂ ਦੇ ਗ੍ਰਾਮ ਵਿੱਚ ਵੀ ਆਸਾਂ ਮੁਨੀਰ ਆਵਾਨ ਸਾਡੇ ਨਾਲ ਮੌਜੂਦ ਹਨ ਗੀਤ ਉਹਨਾਂ ਕੋਲੋਂ ਸੁਣਦੇ ਹਾਂ ਔਰ ਇਸ ਨਾਲ ਵੀ ਇੱਕ ਨਿੱਕਾ ਜਿਹਾ ਮੈਸੇਜ ਜੈਸਾ ਗੀਤ ਮੈਂ ਨਾ ਖਾਸ ਤੌਰ 'ਤੇ ਰਿਕੁਐਸਟ ਕੀਤੀ ਹੈ ਇਹਨਾਂ ਦਾ ਗੀਤ ਬੜਾ ਮਸ਼ਹੂਰ ਹੈ ਲਾਲ ਗੱਡੀ ਦੀਆਂ ਟਿਕਟਾਂ ਆਪਾਂ ਅਸਾਂ ਦੀਆਂ ਹਵੇਲੀਆਂ ਤੋਂ ਕਰਾਚੀ ਵਾਸਤੇ ਇੱਕ ਟ੍ਰੇਨ ਚੱਲਦੀ ਆ ਹਜ਼ਾਰਾ ਐਕਸਪ੍ਰੈਸ ਦੇ ਨਾਂ 'ਤੇ ਅਤੇ ਉਸ ਹਜ਼ਾਰਾ ਐਕਸਪ੍ਰੈਸ ਵਿੱਚ ਸਾਡੇ ਲੋਕ ਸਫ਼ਰ ਕਰਦੇ ਨੇ ਲੇਕਿਨ ਉਹ ਸਫ਼ਰ ਉਰਦੂ ਵਾਲਾ ਨਹੀਂ ਕਰਦੇ ਉਹ ਅੰਗਰੇਜ਼ੀ ਵਾਲਾ ਸਫ਼ਰ ਕਰਦੇ ਨੇ ਖੋਤਿਆਂ ਦੇ ਡੱਕਣੇ ਜੋਗੀ ਵੀ ਉਹ ਟ੍ਰੇਨ ਨਹੀਂ ਲੇਕਿਨ ਸਾਡੇ ਮੇਰੇ ਹਜ਼ਾਰੇ ਆ ਜਿਸ ਦੀ 1 ਕਰੋੜ ਆਬਾਦੀ ਹੈ ਉਹ ਇੱਕ ਟ੍ਰੇਨ ਦਿੱਤੀ ਗਈ ਹੈ ਅਤੇ ਕਦੇ ਪਾਕਿਸਤਾਨ ਰੇਲਵੇ ਔਰ ਸਾਡੇ ਵਜ਼ੀਰ ਸਾਹਿਬ ਜਿਹੜੇ ਹਜ਼ਾਰੇ ਜੀ ਉਸ ਟ੍ਰੇਨ ਅਪਗ੍ਰੇਡ ਕਰ ਛੋੜੋ ਜਿਹਾ ਸੋਹਣਾ ਹਜ਼ਾਰੇ ਜੀ ਉਹ ਟ੍ਰੇਨ ਸੋਹਣੀ ਹੋ ਜੁਲੇ ਉਸ 'ਤੇ ਸਟਾਪ ਘਟਾ ਛੋੜੋ ਅਤੇ ਜਿਹੜੀਆਂ ਹਜ਼ਾਰੇ ਤੋਂ ਬੱਸਾਂ ਚੱਲਦੀਆਂ ਹਨ ਕਰਾਚੀਆਂ ਰੋਜ਼ਾਨਾ ਬੱਸਾਂ 80 ਤੋਂ 100 ਦੇ ਦਰਮਿਆਨ ਬੱਸ ਮਾਨਸੇਰਾ ਐਬਟਾਬਾਦ ਹਰੀਪੁਰ ਬਟਾਗਰਾਮ ਅਤੇ ਸ਼ਨਕਿਆਰੀ ਵਗੈਰਾ ਤੋਂ ਨਿਕਲਦੀਆਂ ਹਨ ਇਹਨਾਂ ਲੋਕਾਂ ਇੱਕ ਅੱਛਾ ਸਫ਼ਰ ਮਿਲ ਸੀ ਔਰ ਸਸਤਾ ਮਿਲ ਸੀ ਸਾਡੀ ਇਸ ਟ੍ਰੇਨ ਅਪਗ੍ਰੇਡ ਕਰ ਛੋੜੋ ਮੁਨੀਰ ਆਵਾਨ ਕੋਲੋਂ ਤੁਸੀਂ ਲਾਲ ਗੱਡੀ ਦੀਆਂ ਟਿਕਟਾਂ ਸੁਣੋ ਅਤੇ ਆਪਣੇ ਮੇਜ਼ਬਾਨ ਕਾਸ਼ਿਫ ਮਲਿਕ ਆ ਡੇਢੀ ਦੀ ਸਾਰੀ ਟੀਮ ਨਾਲ ਦਿਓ ਇਜਾਜ਼ਤ